है मनजा कि ये ठंड है कितने ऐ ना हो थोड़े ब्याह की फिल्म देखते देखते मेरे भोग की फिल्म देखनी पै जाए थोनू नी कुड़ियो कितने हो वाहवा सारी अग लैके आओ सेका भोरा मैं नाले दुध गर्म करो मुंडा आया है चलिए नहीं इन्नी अग पा के लिया मैं छाड़ना है बीजी तुसी तां गैसी वावा सेक कर ले मैं तां बथेरा कुछ कहनी आ कदे आपदी अकल भी बरत लिया करो कट कर ले वा ना कट करके ठंड च मेरे हाथ जोड़ने है जा बग जा हुण मैं की इत्थे प्रसाद वंडी जानी आ जा हुण चक्की जांदी है हुण चला चल पै फुफड़ा चल पै ओए अगे तो तुसी भी ₹20 वाला फार्मूला बरत लिया चल पै चल पै आ जा मुंडिया हुण ना छोड़ियो चल पे चल पे आ देख आ देख ओ देख हुन मैं गुलाब जामुन खाऊंगी सब दई पूछ पा लिया हुन मैं पीऊंगी चाह 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 ला चाह तो याद आया नी कुड़ियो मुंडे वास्ते दूध लेके आओ बैजा पुत पाली ले तू लेके जा दूध अड़िए मैं तो डर जा लगदा किते फेर ना कुछ बोलन पैणे एदा भी हल हैगा मेरे कोल की ओ जेड़ी कट्टे दे मुंह ते छिकली पई है ना जाके अपनी सास दे मुंह ते बंद दे तू एवें ना बोली जाया कर मेरी सास दा सुभाव ही कौड़ा है थोड़ा जा ऊ दिल दी बड़ी नरम है ले ले जा ध्यान नाल मासी दूध ਕਿਵੇਂ ਗਪਟ ਗਪਟ ਖਾਈ ਜਾਂਦੀ ਹੈ ਆ ਕੀ ਹੋ ਗਿਆ ਅੱਜ ਕੱਲ ਦੀਆਂ ਕੁੜੀਆਂ ਨੂੰ ਤਾਂ ਕੰਮ ਕਹਿਣਾ ਨਹੀਂ ਚਾਹੀਦਾ ਪੁੱਤ ਪਿੰਡਾ ਤਾਂ ਨਹੀਂ ਸੜ ਗਿਆ ਉਹ ਨਹੀਂ ਨਹੀਂ ਅੰਬੋ ਕੁਛ ਨਹੀਂ ਹੋਇਆ ਤੂੰ ਹੁਣ ਖੜੀ ਕਿਉਂ ਹੈ ਜਾ ਜਾ ਕੇ ਰੂਪੇ ਦਾ ਕੁੜਤਾ ਲਿਆ ਕੇ ਦੇ ਕਿਤੇ ਦਾਗ ਨਾ ਪੈ ਜੇ ਧੋ ਕੇ ਦਈ ਇਹਨੂੰ ਵੀ रोटी फड़ाया मी नले कहंदी सी वी अंबू का कुड़ता मोड़या हो चंगा भाई अंबू के घर दी चाह लिखी है करमा पी आवांगे अपने बंबू काटते चल चलिए फड़ भूआ तो कुड़ता एक कुड़ी कूंज वर्गी सानू रोगी जहा कर गई रब वांगू ना होने लेके जट्टी हरजीत हां जेड़ा तू उनां दी वीसीआर वाली मशीन ठीक करके ओते पहाड़ जेड़ा सान कीता सी ना आ मुश्किल जा कुर्ता पाके ना सारा खूच पाता ना गल सुन मेरी जाना ते तू फुफड़ दी रोटी फड़ाउणिया ते टौर इंज कड्या जिवें तू जन्या चढ़ना हुंदा बेबे जाननी ता कोई जाननी जड़ाऊ कट बोलिया कर खंभ निकल आए तेरे भी है? पता नहीं कड़ी टूटे हाथ थाली ने धोता सारे दाग ने उस तरह मैं आप धोऊंगी दोबारा चलो जाओ हुण आ उन्हां दा मुश्क मारिया कुर्ता मोड़ के आओ पहले चला बेबे पहला खेत बापू जी रोटी नहीं सी फड़ाउनी किते नहीं दंडल पैंदी बापू नू चल ले जा चंगा भूआ मैं हिसाब ला लिया ये थोड़ी बुढ़िया की लड़ाई भी ना बस सोच दा ही फर्क है इधर तू ऊ गुस्से च लाल पीली होई जानी है उधर अंबो तेरिया सिफतां करदी नहीं थकदी सिफतां लगदा नहीं
ਅਗਲੀ ਨੇ ਤਾਂ ਲੱਗਣ ਲਾਤਾ। ਉਹ ਕਹਿੰਦੀ ਧਨ ਕੁੜਤਾ ਮੈਨੂੰ ਬਾਹਲੀ ਪਿਆਰੀ ਲੱਗਦੀ ਹੈ। ਮਜਾਲ ਹੈ ਕਦੇ ਮੇਰਾ ਕਿਹਾ ਮੋੜਿਆ ਹੋਵੇ। ਇੰਨਾ ਤਾਂ ਸਕੀਆਂ ਧੀਆਂ ਨਹੀਂ ਕਰਦੀਆਂ ਜਿੰਨਾ ਮੇਰਾ ਧਨ ਕੁਰ ਕਰਦੀ ਹੈ। ਯਕੀਨ ਜਿਹਾ ਤਾਂ ਨਹੀਂ ਆਉਂਦਾ ਤੇਰੀ ਗੱਲ 'ਤੇ, ਪਰ ਮੰਨ ਲੈਂਦੀ ਹਾਂ। ਹੋਰ ਕੀ ਕਹਿੰਦੀ ਸੀ ਮੇਰੇ ਬਾਰੇ? ਉਹ ਤਾਂ ਇਹ ਵੀ ਕਹਿੰਦੀ ਸੀ ਕਿ ਅੰਬੋ ਕਰਕੇ ਮੈਨੂੰ ਕਦੇ ਮਾਂ ਦੀ ਘਾਟ ਮਹਿਸੂਸ ਨਹੀਂ ਹੋਈ। ਜਦੋਂ ਕੋਈ ਕਬੀਲਦਾਰ ਦੀ ਗੱਲ ਸਮਝ ਨਾ ਆਵੇ ਮੈਂ ਝੱਟ ਅੰਬੋ ਕੋਲ ਜਾ ਵੜਦੀ ਹਾਂ। ਕਦੇ ਆਈ ਤਾਂ ਹੈ ਨਹੀਂ ਭਾਈ। ਬੇਬੇ ਤਾਂ ਅੰਬੂ ਨੂੰ ਗਾਲਾਂ ਕੱਢੀ ਜਾਂਦੀ ਸੀ। ਕੀ ਕਹਿੰਦਾ ਇਹ? ਕੁਛ ਨੀ, ਇਹ ਕਹਿੰਦਾ ਅੰਬੋ ਦੇ ਘਰੇ ਆ ਕੇ ਜੀ ਬਹੁਤ ਲੱਗਦਾ। ਨਾਲੇ ਅੰਬੋ ਮੈਨੂੰ ਲੱਗਦਾ ਹੈ ਭੂਆ ਐਤਕੀ ਸਰਪੰਚੀ ਦੀ ਵਾਰੀ ਵੀ ਤੇਰੀ ਲਵਾਊ। ਅੱਛਾ, ਮੈਨੂੰ ਲੱਗਦੀ ਤਾਂ ਹੈ ਨੀ। ਹੋਰ ਕੀ ਕਹਿੰਦੀ ਸੀ ਵਿਧਾਨਕੁਰ? ਅੰਬੋ ਭੂਆ ਕਹਿੰਦੀ ਸੀ ਕਿ ਕੁੜਤਾ ਬੜਾ ਸੋਹਣਾ ਧੋਤਾ ਕਿਸੇ ਨੇ, ਅੰਬੋ ਕੇ ਘਰ ਚ ਤਾਂ ਹੱਥਾਂ ਚ ਕੋਈ ਜਾਦੂ ਹੈ। ਬੇ ਜਾਦੂ ਜੂਦੂ ਕੋਈ ਨੀ, ਪਿਆਰ ਦੇ ਨਾਲ ਨਾਲ ਨੂੰਹ ਧੀ ਨੂੰ ਖਿੱਚ ਕੇ ਵੀ ਰੱਖਣਾ ਪੈਂਦਾ, ਤਾਂ ਹੀ ਹੁੰਦੇ ਆ ਕੰਮ। ਅੰਬੋ ਮੈਂ ਤਾਂ ਆਪ ਸੋਚੀ ਜਾਂਦਾ, ਕੁੜਤਾ ਚੱਕੇ ਹੀ ਨੀ ਕਿਸੇ ਨੇ। ਨੀ ਕੁੜੀਓ, ਤੁਹਾਨੂੰ ਆਪ ਨੀ ਦਿਸਦਾ? ਕੁੜਤਾ ਲੈ ਕੇ ਜਾਓ, ਚੱਕ ਕੇ ਮਿੱਟੀ ਪਈ ਜਾਂਦੀ ਆ। ਹਾਏ ਹਾਏ, ਤੂੰ ਜਾ ਨਾ। ਕੋਈ ਡਾਕਟਰ ਹੈ ਨੀ ਚੰਗਾ ਜਿਹਾ? ਕਿਉਂ, ਦਿਮਾਗ ਦਾ? ਤੂੰ ਜਾਣੀ ਆ ਕਿ ਨਹੀਂ? ਰੁਕ ਜਾ, ਮਖੌਲ ਤੋਂ ਬਿਨਾਂ ਇਹਨੂੰ ਕੋਈ ਕੰਮ ਹੀ ਨਹੀਂ। ਇਹ ਤਾਂ ਫਿਲਮੀ ਹਿਸਾਬ ਕਿਤਾਬ ਜਿਹਾ ਹੋਇਆ ਪਿਆ। ਲੈ ਬਈ ਗੱਡੀ ਤੇਰੀ ਟਣਾ ਟਣਾ, 300 ਰੁਪਇਆ ਦੇ ਦੇ। ਆ ਬੇਬੇ ਗੱਡੀ ਠੀਕ ਹੋ ਗਈ, 300 ਰੁਪਇਆ ਮੰਗਦਾ ਮਿਸਤਰੀ, ਦੇ ਦੇ। ਆ ਦੇ ਵੇ, ਹੈ ਗੱਡੀ ਨੇ ਤੇਰੇ ਨਾਂ ਕਰਾ ਦਿਆਂ, ਮਾੜੀ ਜਿਹੀ ਢਿਮਰੀ ਟੈਡ ਕੀਤੀ ਆ, 100-150 ਦੇ ਕੇ ਭੇਜ ਇਹਨੂੰ। ਉਹ 150 ਨਹੀਂ, 300 ਬੰਦਾ ਯਾਰ। ਅੱਛਾ, ਜਾ ਆਪ ਹੀ ਲੈ ਲੈ ਜਾ ਕੇ ਫਿਰ। ਲੈ ਤੇ ਆਪੇ ਲੈ ਲੈਣਾ ਜਾ ਕੇ। ਉਹ ਰਹਿਣ ਦੇ ਬਾਈ, ਹਾਂ ਬੜੀ ਸਵਾਦ ਦੀ ਬਹੁਤ ਕਰਦੀ ਆ, ਇਹਦੇ ਵੱਲੋਂ ਵੀ ਜਾਓਗੇ? ਲਿਆ ਬਾਈ, 150 ਹੀ ਦੇ ਦੇ ਆ। ਆ ਗਿਆ ਨਾ ਹੁਣ ਲੈਣ ਤੇ ਬਾਈ, ਅੱਗੇ ਤੋਂ ਨੀ ਘੱਟ ਲੈਣੇ ਆਪਾਂ। ਆ ਲੈ ਫੜ। ਦੇਖਿਆ, ਫੜ ਲੈਣਾ ਚੁੱਪ ਕਰਕੇ। ਬੇ ਪੁੱਤ, ਗੱਡੀ ਸਟਾਰਟ ਸੂਟ ਕਰਕੇ ਦੇਖ ਲਈ ਠੀਕ ਹੈ ਕਿ ਨਹੀਂ? ਕਰਦਾ ਰਾਹ ਜੀ ਨਾ ਖੜਦੀ ਜਾਵੇ, ਕਿਤੇ ਜਾਣਾ ਲੱਗਦਾ। ਅੰਬੋ ਬੇ ਮੁੰਡਿਆ, ਆ ਆਪਣੇ ਰੂਪੇ ਦੀ ਸਾਲੀ ਹੈ ਨਾ ਜਿਹੜੀ ਕੁੜਤਾ ਲੈ ਕੇ ਗਈ ਹੈ, ਪਾਲੀ ਉਹਨੇ ਕੱਲ੍ਹ ਜਾਣਾ, ਮੈਂ ਉਹਨੂੰ ਛੱਡਣ ਜਾਣਾ। ਮਖਿਆ ਬੱਸਾਂ ਬੁੱਸਾਂ 'ਤੇ ਕੀ ਧੱਕੇ ਖਾਂਦੀ ਜਾਊਂਗੀ, ਆ ਗੋਡੇ ਨਹੀਂ ਚੱਲਦੇ, ਤਾਂ ਗੱਡੀ ਠੀਕ ਕਰਾਈ ਆ ਭਾਈ। ਅੰਬੋ, ਗੱਡੀ ਆਪੇ ਚਲਾਏਂਗੀ? ਨਹੀਂ, ਤੇਰੇ ਪਿਓ ਲੈ ਕੇ ਜਾਊਗਾ। ਸੱਚ ਪਿਓ ਤੋਂ ਯਾਦ ਆਇਆ, ਚੱਲ ਵੀਰੇ ਕਿਰਾ, ਬਾਪੂ ਦੀ ਰੋਟੀ ਲੈ ਕੇ ਜਾਣਾ ਖੇਤ। ਉਹ ਵੀ ਉੱਠ ਗਿਆ। ਮੈਂ ਆਉਣੀ ਆ, ਮੈਂ ਨਵੀਂ ਚੋਚੋ ਕਿਹੜਾ ਜਾਂਦਾ। ਮੈਂ ਆ ਗਈ, ਮੈਂ ਆ ਗਈ, ਕੰਨ ਰੌਲਾ ਪਾਈ ਜਾਂਦਾ। ਆ ਗਈ, ਆ ਗਈ। ਚਾਬੀ ਮਾਰ ਕੇ ਤੁਰਪਾ ਜਾ, ਉਹ ਤੁਰਪਾ ਆ ਜਾ ਮੇਰਾ ਸਿੰਡਰ ਤੇ ਤੁਰਪਾ ਲੈ, ਚਲ ਨੱਕ ਪੂਜ ਦੇ। ਐ ਐ ਰੋਣਾ ਹੁਣ, ਦੇਖ ਤੈਨੂੰ ਮੈਂ ਚੀਜ਼ੀ ਲੈ ਕੇ ਦਿੰਦੀ ਆ, ਠੀਕ ਹੈ? ਹੱਸ ਪੈ, ਹੱਸ ਪੈ, ਹੱਸ ਪੈ, ਹੱਸ ਪੈ। ਇਹ ਜਵਾਕਾਂ ਦੀ ਨੜੀ ਆ ਵੀਰੇ, ਕਦੇ ਵੀ ਕਿਤੇ ਵੀ ਕਿਸੇ ਨੂੰ ਵੀ ਕਿਸੇ ਵੇਲੇ ਵੀ ਆ ਸਕਦੀ ਹੈ। ਕੰਨ ਤੇ ਮਾਰੂੰ ਥੱਪੜ, ਬਹਿ ਜਾ। ਚੱਲ ਮੇਰਾ ਬਾਈ, ਉਹ ਜਲਦੀ ਭਜਾਲਾ ਮਾਮਾ। ਤੁਸੀਂ ਕਦੇ ਵੇਲੇ ਸਿਰ ਘਰ ਵੀ ਆਏ ਹੋ? ਜਦੋਂ ਦੇ ਰਿਟਾਇਰ ਹੋਇਆ ਕਦੇ ਬੁੜਿਆਂ ਨੂੰ ਪੜਾਉਣ ਲੱਗ ਜਾਂਦੇ ਹੋ, ਨਾ ਲੈਣ ਨੂੰ ਨਾ ਦੇਣ ਨੂੰ। ਕਿਤੇ ਸਾਰਾ ਦਿਨ ਸੱਥ 'ਚ ਬਹਿ ਕੇ ਖੁੰਡ 'ਤੇ ਥੱਲੇ ਘਸਾ ਕੇ ਆ ਜਾਂਦੇ ਘਰ ਨੂੰ। ਸੁਰਜੀਤ ਕੋਰੇ ਗੱਲ ਸੁਣੀ? ਆ ਮਾੜੀ ਜੀ ਆਪਦੀ ਗੁੱਤ ਚੱਕੀ? ਕਿਉਂ? ਕੁਛ ਨੀ, ਸਿਆਣੇ ਆਂਦੇ ਆਖੇ ਜਨਾਨੀ ਦੀ ਮੱਤ ਗਿੱਚੀ ਪਿੱਛੇ ਹੁੰਦੀ ਹੈ, ਮੈਨੂੰ ਤੇਰੇ ਇੱਥੇ ਵੀ ਨੀ ਦੀਂਦੀ। ਆਹੋ, ਜਦੋਂ 25-25 ਸਾਲ ਤੁਹਾਡੇ ਵਰਗੇ ਬੰਦੇ ਨਾਲ ਕੱਟੇ ਹੋਣ, ਮੇਰੇ ਵਰਗੀ ਜਨਾਨੀ ਨੇ ਫੇਰ ਅਕਲ ਕਿੱਥੇ ਰਹਿੰਦੀ ਹੈ? ਤੇਰੀ ਗੱਲ ਜਮਾਂ ਸਹੀ ਹੈ ਸੁਰਜੀਤ ਕੁਰੇ, ਮੇਰੀ ਬੇਬੇ ਵੀ ਮੇਰੇ ਬਾਪੂ ਨੂੰ ਆਈ ਆਉਂਦੀ ਹੁੰਦੀ ਸੀ। ਓਏ ਆ ਜਾ, ਬਹਿ ਜਾ। ਤੂੰ ਪਹਿਲਾਂ ਇਹ ਦੱਸ ਵੀ ਅੱਜ ਗੁੱਸੇ 'ਚ ਕਿਵੇਂ ਚੁੰਝ ਲਾਲ ਕੀਤੀ ਹੈ ਮੇਰੀ ਤੋਤੀ ਨੇ। ਜਦੋਂ ਬੰਦੇ ਨੇ ਜਨਾਨੀ ਦੀ ਗੱਲ ਹੀ ਨਹੀਂ ਸੁਣਨੀ ਤਾਂ ਕੀ ਕਰੇ ਬੰਦਾ। ਕਿੰਨੀ ਵਾਰੀ ਆਖਿਆ ਮੈਂ ਵੀ ਮੈਥੋਂ ਹੁਣ ਘਰ ਦਾ ਕੰਮ ਨਹੀਂ ਹੁੰਦਾ ਹੈਗਾ, ਮੈਨੂੰ ਨੌਂਹ ਚਾਹੀਦੀ ਆ।
पुत मेरा जवान होया पिया है, भूआ कोले रहिंदा अखां धोल ले, दुध ते पुत दा उबलदा दा किते पता लगदा भलिया लोका। ना मैं हुण कल्लियो बोली जानी आ, की सोची जाने हो? मैं भागवान ने सोची जाना है भी कम हुण तेथों हुंदा नहीं, तू चाहनी है भी तेरी मंजे ते बैठी दी सेवा होवे ते तू राणी बन के हुक्म चलावे। एक तरीका हैगा जिदे नाल तेरा मसला आए हल हो सकदा आए। सच्ची? हां छेछी दसो केड़ी गल। मैं एक ब्याह होर करा लेना तेरी सेवा खातर, इहदे च मेरा कोई लालच नहीं। आहो एक क्यों, पांच सत करवाओ। पांच सत बाले है? हां बाले कानू ने, जदो पांच सत बेड़े च घुंडलियां फिरदियां होईयां ता मेले च चक्की राहे नू की ना पुछणा, पूरियां रंग रौनकां लगियां होणगियां है, मैनूं तां किसे खल खुंजे च सुट दियो। हां इह तां है, ए फालतू चीज नू फिर खल खुंजे च तां सिटना ही पैंदा है। ओ सरदार जी ना सिटियो, की सिटन लगे हो, मैनूं दे दियो गरीब दा सरजू। आ जा तैनू तां फड़ाउणा मैं चूड़े वाली बाह, साडा दोहां जीआं दा रफड़ पिया पिया पाल दा गड़ौंदे। वे तेरा सरदार मैनू सुटन नू फिरदा? फिर तां नहीं मेरा हक बनदा जी, सरदार नहीं तुसी आप दा हिसाब किताब आप ही करो। ले गिनती पुट्ठी पै गई। नहीं आ जा। ओ कमलिए, ओए हरजीता तेरा ही पुत्र नहीं मेरा भी पुत्र है, मेरा भी जी करता है मैं उदा व्याह करा, नूर राणी घरे आवे, पुत पोतियां खेडन, रौनकां लगन। पर रिश्तेदारियां उम्र भर निभणियां हुंदियां, एडी छेती नहीं जोड़े जांदे हुंदे रिश्ते। नाले ओए ओ भी तां किते बैठी दही नाल टुक खांदी हो, तू भी तां किते खांदी सी, आ गई ना जट दे वेड़े। ओ चल छड गुस्सा हुण, माड़ा जा हस के विखा दे। मैं क्या जी हरजीता वेखी जांदा? ओ किथे वेखी जांदा है? आओ सी। मसाला घट पाया करो, ढिड च भुचाल आया पिया। लै अज लालटेन रखनी फिर भुल गई। कोई नहीं पुछदी सवेरे इन्हों का गोत, नेरे च ठेडे खांदे फिरो। ਅੱਧੀ ਵਾਰੀ ਫੇਰ ਜਾਣਾ ਪੈ ਗਿਆ, ਬੁਰਾ ਹਾਲ ਹੋ ਜੂ ਮੇਰਾ ਤਾਂ। ਹੈਂ ਹੁਣ ਆ ਕਿੱਥੋਂ ਆ ਗਈ ਲਾਲਟੈਨ? ਐ ਨੱਚਦੇ ਡਰ ਗਏ ਭੂਤ ਨੇ, ਸੁੱਤੀਆਂ ਪਈਆਂ ਦੇ ਵੀ ਮੇਰੇ ਚ ਕੰਨ ਰਹਿੰਦੇ ਨੇ। ਕਿੱਡਾ ਘੜਵੱਤ ਕੱਢਿਆ।
ਆ ਜਿਹੜੀ ਲਾਲ ਰੰਗ ਦੀ ਪੱਗ ਬੰਨੀ ਹੈ ਨਾ ਤੇਰੀ ਭਾਬੀ ਨੂੰ ਮਿਲ ਕੇ ਆਉਣਾ ਤਾਂ ਬੰਨੀ ਹੈ। ਰਾਤ ਇੰਨਾ ਰਿਸਕ ਲੈ ਕੇ ਮੈਂ ਉਹਨਾਂ ਦੀ ਜੀਭ ਖਰਾਬ ਕਰਕੇ ਆਇਆ। ਜਦੋਂ ਉਹ ਗੱਲ ਯਾਦ ਆਉਂਦੀ ਹੈ ਨਾ ਤਾਂ ਦਿਲ ਡਰ ਜਾਂਦਾ ਹੈ। ਪਰ ਦੇਖੀ ਕਿਤੇ ਹੁਣ ਤੂੰ ਰਾਹ 'ਚ ਧੋਖਾ ਨਾ ਦੇਜੀ ਮਿੱਠੀਏ। ਸੋਹਣੇ ਯਾਰ ਨੂੰ ਮਿਲਣੇ ਅੱਜ ਜਾਣਾ। ਓਏ ਓਏ ਇਹਨੂੰ ਘਸਾ ਘਸਾ ਕੇ ਕਿਤੇ ਜਵਾਕਾਂ ਦੇ ਖਿਡੌਣੇ ਜਿੱਡੀ ਨਾ ਕਰਦੇ। ਓਏ ਇਹ ਕਿਹੜਾ ਫੁੱਫੜਾ ਮਿੱਟੀ ਦੀ ਬਣੀ ਹੋਈ ਹੈ। ਸੱਚ ਖਿਡੌਣੇ ਤੋਂ ਯਾਦ ਆਇਆ, ਭਲਾ ਆਪਣੇ ਪਿੰਡੋਂ ਸ਼ਹਿਰ ਨੂੰ ਪਹਿਲੀ ਬੱਸ ਕਿੰਨੇ ਵਜੇ ਜਾਂਦੀ ਹੈ? ਉਹ ਕਿੱਥੇ ਜਵਾਕਾਂ ਦਾ ਖਿਡੌਣਾ, ਕਿੱਥੇ ਸ਼ਹਿਰ ਨੂੰ ਜਾਣ ਵਾਲੀ ਬੱਸ, ਗੱਲ ਕਿੱਧਰ ਨੂੰ ਗਈ ਓਏ? ਉਹ ਫੁੱਫੜਾ ਇਹ ਤਾਂ ਬੱਸ ਤੇ ਜਾਂਦੀ ਮੇਰੀ ਜੁੱਤੀ। ਤੂੰ ਜਿੰਨੀਆਂ ਮਰਜ਼ੀ ਸਕੀਮਾਂ ਬਣਾ, ਮੈਂ ਨੀ ਜਾਂਦੀ ਦਵਾਈ ਲੈਣ ਬੱਸ ਤੇ। ਨਾ ਲੋਕੀ ਕੀ ਕਹਿਣਗੇ, ਧੰਨ ਕੌਰ ਤੇ ਬੱਸ ਤੇ। ਮੈਂ ਕੱਲ ਨੂੰ ਪਿੰਡ ਦੀ ਸਰਪੰਚਣੀ ਬਣਨਾ। ਉਹ ਭੂਆ ਤੈਨੂੰ ਤਾਂ ਗੱਡੀ 'ਚ ਹੀ ਲੈ ਕੇ ਜਾਊਂਗਾ ਸ਼ਹਿਰ ਨੂੰ, ਉਹ ਤਾਂ ਮੈਂ ਉਈ ਪੁੱਛ ਲਿਆ ਸੀ। ਤੂੰ ਦੱਸ ਤਿਆਰ ਹੈ? ਮੈਂ ਤੇ ਤਿਆਰ ਆਂ, ਤੂੰ ਆਪ ਦਾ ਹੁਲੀਆ ਸਵਾਰ। ਭੂਆ ਮੇਰੀ ਤਿਆਰੀ ਤਾਂ ਫੌਜੀਆਂ ਵਰਗੀ ਹੈ। ਲੈ ਆ ਗਿਆ ਤੇ ਆ ਆਇਆ। ਚਾਹ ਪੀ ਕੇ ਉਹ ਚਿੱਤ ਜਰਦੇ ਨੂੰ ਕਰਦਾ ਚੰਦਰੀ ਚ ਬੰਬੋ ਮੱਥਾ ਟੇਕਦਾ। ਮੈਂ ਨਾ ਤਾਂ ਮੈਂ ਤੈਨੂੰ ਜਿਉਂਦਿਆਂ ਚ ਕਹਿ ਸਕਦੀ ਆ ਨਾ ਬਸਦਿਆਂ ਚ। ਕਿਉਂ? ਆ ਖਾ ਖਾ ਕੇ ਨਸ਼ੇ ਨਾ ਆ ਸਰੀਰ ਕਰੰਗ ਕਰ ਲਿਆ, ਨਾਲੇ ਤਾਂ ਤੈਨੂੰ ਦੇਖ ਕੇ ਤੇਰੇ ਨਿਆਣੇ ਲੱਗਣਗੇ, ਨਾਲੇ ਪਿੰਡ ਦੇ ਮੁੰਡਿਆਂ ਨੂੰ ਲਾਵੇਗਾ। ਸਿੱਟ ਪਰਾਂ, ਸਿੱਟ ਦੇ ਪਰਾਂ। ਲੈ ਅੰਬੋ ਸਿੱਟਦਾ, ਉਹ ਨੀ ਲਾਉਂਦਾ ਠੱਪਦੀ ਅਮਲੀ ਦੀ ਖੁੰਬ। ਅੰਬੋ ਆਪਣੇ ਵੱਲੋਂ ਤਾਂ ਭਾਈ ਕੰਮ ਕਰਦੀ ਹੈ ਸਾਰੇ ਚੰਗੇ, ਪਰ ਉਹਦੀਆਂ ਸਾਰੀਆਂ ਚੰਗੀਆਂ ਗੱਲਾਂ ਸਾਰੇ ਪਿੰਡ ਨੂੰ ਤਾਂ ਨੀ ਚੰਗੀਆਂ ਲੱਗ ਸਕਦੀਆਂ। ਸਹੀ ਗੱਲ ਆ। ਇਹ ਆ ਚੱਕ ਕਿਸੇ ਨੂੰ ਮਹਾਵਾਦੀ ਤੇ ਕਿਸੇ ਨੂੰ ਸਵਾਦੀ, ਭਾਈ ਤੁਸੀਂ ਕੁਛ ਮਰਜ਼ੀ ਕਹੋ ਪਰ ਪੱਲੜਾ ਧੰਨ ਕੌਰ ਦਾ ਭਾਰੀ ਆ। ਅੰਬੋ ਨੀ ਖੜੀ, ਲੱਗਦਾ ਸ਼ਹਿਰ ਨੂੰ ਜਾਣਾ ਹੋਣਾ ਉਹਨਾਂ ਨੇ ਵੀ। ਖੜੀਆਂ ਰਹਿਣ ਦੇ, ਸਵਾਰੀਆਂ ਢੋਣ ਨੂੰ ਥੋੜਾ ਲਈ ਜੀਪ। ਭੂਆ ਭੂਆ ਤੂੰ ਇੱਥੇ ਮਾਰ ਖਾ ਜਾਨੀ ਹੈ, ਜਦੋਂ ਪਿੰਡ ਵਾਲਿਆਂ ਦੇ ਸਾਹਮਣੇ ਅੰਬੋ ਨੂੰ ਤੂੰ ਬਿਠਾਇਆ ਨਾ ਗੱਡੀ 'ਚ, ਅੱਧੀ ਸਰਪੰਚਣੀ ਤਾਂ ਤੂੰ ਹੁਣੇ ਬਣ ਜਾਣਾ ਹੈ। ਖਲਾਰ ਖਲਾਰ ਸਰਪੰਚਣੀ ਸਾਹਿਬਾ ਸਾਣ ਕਰਨ ਉਹਨਾਂ ਤੇ ਖਲਾਰ। ਇਹ ਕਿੱਥੋਂ ਆ ਗਈ? ਸਤਿ ਸ੍ਰੀ ਅਕਾਲ ਅੰਬੋ, ਮੱਥਾ ਟੇਕਦੀ ਆ। ਜਿਉਂਦੀ ਰਹਿ ਭਾਈ, ਬੁੱਢੂ ਸਾਗਣ ਹੋਵੇ। ਲੱਗਦਾ ਬੱਸ ਨੂੰ ਉਡੀਕਦੇ ਜੇ ਸ਼ਹਿਰ ਜਾਣਾ ਹੋਣਾ। ਜਾਣਾ ਤਾਂ ਸ਼ਹਿਰ ਹੀ ਹੈ, ਆ ਰੂਪੇ ਦੀ ਸਾਲੀ ਹੈ ਨਾ, ਇਹਨੂੰ ਸ਼ਹਿਰ ਤੋਂ ਗਾਹਾਂ ਛੱਡ ਕੇ ਆਉਣਾ। ਉਹ ਲੈ ਅੰਬੋ, ਅਸੀਂ ਵੀ ਸ਼ਹਿਰ ਨੂੰ ਹੀ ਚੱਲੇ ਹਾਂ। ਆ ਜਾਓ ਬੈਠੋ। ਉਹ ਰੂਪਿਆ ਦੇਖਦਾ ਕੀ ਹੈ? ਰੱਖ ਸਮਾਨ, ਰੱਖ ਰੱਖ। ਆ ਜਾਓ ਆ ਜਾਓ। ਕਿੱਥੇ ਬੱਸ 'ਚ ਧੱਕੇ ਖਾਂਦੀਆਂ ਫਿਰ ਹੋ ਗਈਆਂ ਜਿਹੜਾ ਪੁੱਤ ਮੈਨੂੰ। ਤੁਸੀਂ ਚੱਲੋ, ਮੈਂ ਜਾ ਕੇ ਪੱਠੇ ਪਾਵਾਂ। ਆਪਣੀ ਸਵਾਰੀ ਦੀ ਤਾਂ ਸਰਦਾਰੀ ਹੁੰਦੀ ਆ ਕਿ ਨਹੀਂ ਅੰਬੋ? ਆ ਤਾਂ ਚੰਗਾ ਹੋ ਗਿਆ ਅੰਬੋ, ਤੁਸੀਂ ਮਿਲ ਗਏ, ਬਾਟ ਵਧੀਆ ਨਿਬੜੂ ਅੱਜ। ਅੰਬੋ ਤੇਰੇ ਵਾਲੀ ਗੱਡੀ? ਮੇਰੀ ਗੱਡੀ ਸੀ ਤਾਂ ਸੀ, ਖਰਾਬ ਹੋ ਗਈ ਸੀ, ਆ ਠੀਕ ਕਰਾਈ ਹੈ। ਆ ਰਾਤੋ ਰਾਤ ਪਤਾ ਨਹੀਂ ਕੀ ਭੂਤ ਚਿੰਬੜ ਗਿਆ, ਫੇਰ ਖਰਾਬ ਹੋ ਗਈ। 10 ਵਜੇ ਜਿੱਤੇ ਤੇਰੇ ਸਾਹਮਣੇ ਕਰਾਈ ਸੀ ਨਾ? ਹਾਂ ਹਾਂ ਕਰਾਈ ਸੀ ਅੰਬੋ। ਉਂਝ ਨਾ ਅੰਬੋ, ਮੈਂ ਇੱਕ ਹਿਸਾਬ ਲਾਇਆ ਵਾ, ਤੇਰਾ ਮਾਡਲ ਨਾ ਹੁਣ ਪੁਰਾਣਾ ਹੋ ਗਿਆ। ਮੇਰਾ ਮਤਲਬ ਤੇਰੇ ਵਾਲੀ ਗੱਡੀ ਦਾ ਮਾਡਲ ਪੁਰਾਣਾ ਹੋ ਗਿਆ, ਟਾਈਮ ਪੂਰਾ ਹੀ ਹੋਣ ਵਾਲਾ ਉਹਦਾ ਵੀ। ਅਰਜੀਤਾ ਕਹਿੰਦਾ ਸੀ ਧਨਕੁਰ ਤਾਂ ਤੇਰੀਆਂ ਸਿਫਤਾਂ ਹੀ ਬਹੁਤ ਕਰਦੀ ਹੈ, ਜਾਣਾ ਹੋਵੇ ਤਾਂ। ਉਹ ਭੂਆ ਤੁਸੀਂ ਆਪਣੀਆਂ ਗੱਲਾਂ ਲੈ ਕੇ ਬਹਿ ਜਾਂਦੇ ਹੋ, ਕੋਈ ਹੋਰ ਗੱਲ ਕਰ ਲਓ। ਆ ਕੁੜੀ ਵਿਚਾਰੀ ਚੁੱਪ ਬੈਠੀ ਹੈ, ਇਹ ਤੋਂ ਹੀ ਪੁੱਛ ਲਓ ਕੁਛ। ਕੀ ਕਰਦੇ ਹੋ ਜੀ ਤੁਸੀਂ? ਜੀ ਮੈਂ ਪਿਛਲੇ ਸਾਲ ਹੀ 12ਵੀਂ ਪਾਸ ਕੀਤੀ ਸੀ, ਹੁਣ ਮੈਂ ਸ਼ਹਿਰ 'ਚ ਸਰਕਾਰੀ ਸਿਲਾਈ ਸੈਂਟਰ 'ਚ ਸਿਲਾਈ ਸਿੱਖਦੀ ਹਾਂ। ਉਹ ਜਿਹੜਾ ਸਰਕਾਰੀ ਹਸਪਤਾਲ ਕੋਲ ਆ? ਹਾਂਜੀ ਉਹੀ। ਓ ਅੱਛਾ, ਉਹ ਆ ਕੀ ਕਰੀ ਜਾਂਦੀ ਆ? ਉਹਨੂੰ ਕੀ ਹੋ ਗਿਆ? ਮੈਂ ਹੁਣ ਤੇਰੀ ਗੱਡੀ ਨੂੰ ਕੀ ਹੋ ਗਿਆ? ਕੀ ਧੋਖਾ ਹੋਣਾ ਕੀ ਸੀ? ਖੜ ਗਈ। ਹੁਣ ਤੂੰ ਕੀ ਕੀਸੀਆਂ ਜੀਆਂ ਕਰਾਈ ਜਾਂਦਾ ਇਹਦੀਆਂ, ਉੱਤਰ ਕੇ ਇੰਜਣ ਵੇਖ। ਉਹ ਦੇਖਦਾ ਭੂਆ, ਇਹਨੂੰ ਵੀ ਅੱਛੇ ਕੁਛ ਹੋਣਾ ਸੀ, ਸਿਆਪਾ ਇਹਦਾ।
गर्म तो होने ही सी मूरे कौन बहाई है तैनू बाया ता होई है ले ओ बसा पानी जाने ने बिगड़ दी जिगड़ी ते वैसे तो आ मॉडलों मॉडलों की कोई गल नहीं पता नहीं किनू केड़े वेले पटमेली पै जानी है उच्चे मॉडलों की हल तेरा नक् पूंझ दिया नली चोचा ब्याह जवाक नू चढ़ा दे पहला जरा झोड़ा फड़ लै ए हल है लै चल पुत चल पहला इन्हें सीढ़ी जी बजा दी बैठता जान दे मैनू ध्यान लेके जाइ अपनी सवारियां ने मर जाने कलगियां ते लवातियां मैनू सरपंचनी वालियां हुणे तां कर लै कुछ मां दा उपूआ पहला मैं आप तां ठीक हो ला किस दिल तेरे नैना विच खो गया हाय हौली हौली हुंदा हुंदा पता नहीं की हो गया हौली हौली हुंदा हुंदा पता नहीं की हो गया मुंदरी ते गाला आखे कुड़मो कुड़मी लख मारी ते विचोले दी टूई ते लत मारी ले भाई एम भी ते कहंदे हुंदे ने भी जीवे ओ विचोला जिदे तेरी दस पाई आ ला दसो भैन जी तुसी कमाल करदे हो हुण 36 गाला पिछे एक असीस दा की बटे जांदा क्यों मास्टर जी तुसी भी कोई उचरो गल तां तेरी सही है मिठा सिया
ਇਹ ਜਿਹੜਾ ਵਿਆਹ ਵਾਲਾ ਬੂਰ ਦਾ ਲੱਡੂ ਆ ਨਾ, ਤੇਰੇ ਵਰਗੇ ਵਿਚੋਲੇ ਵਿਚਕਾਰ ਕੇ ਅਗਲੇ ਦੇ ਮੂੰਹ ਚ ਪਸਾ ਤਾਂ ਦਿੰਦੇ ਆ। ਇਹ ਮੁੜਕੇ ਨਾ ਗਾਂ ਨਾ ਪਛਾਂ। ਪਰ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੋਗਿੰਦਰ ਸਿੰਘ ਜੋਗਾ ਇਸ ਫੈਸਲੇ ਤੇ ਪਹੁੰਚਿਆ ਕਿ ਬੰਦੇ ਨੂੰ ਵਿਆਹ ਕਰਾਉਣਾ ਹੀ ਨਹੀਂ ਚਾਹੀਦਾ। ਉਹ ਤੇਰਾ ਔਖਾ ਉਹ ਮਾਸਾ, ਤੂੰ ਤਾਂ ਮੇਰੀ ਚੱਲਦੀ ਹੋਈ ਵਿਚੋਲਗੀ ਵਾਲੀ ਹੱਟੀ ਬੰਦ ਕਰਾਏਗਾ? ਲੈ ਲੈ ਐ ਕਿਵੇਂ ਹੱਟੀ ਬੰਦ ਹੋਜੂ ਬਈ, ਇੱਕ ਸਾਗ ਮੈਨੂੰ ਕਰਾ ਲਈ, ਹੱਟੀ ਤੇਰੀ ਫੇਰ ਖੁੱਲ ਜੂ। ਆ ਜਾ, ਤੈਨੂੰ ਤਾਂ ਪਹਿਲਾਂ ਲਵਾਵਾਂ ਚਵਾਰਾ। ਚੱਲ ਪਹਿਲਾਂ ਹਰਜੀਤੇ ਵਾਲਾ ਕੰਮ ਨਿਬੇੜ ਲਿਓ, ਮੇਰੇ ਤੇ ਬਾਅਦ ਚ ਨਿਗਾ ਰੱਖ ਲਿਓ। ਓਹੋ, ਸੂਤ ਨਾ ਬਤਾਂਗ ਜਲਾਏ ਨਾ ਠੇਂਗੋ ਠੇਂਗੀ। ਵੀਰੇ ਜਿਹੜੀ ਤੂੰ ਗੱਲ ਕਰਨ ਆਇਆ ਨਾ ਉਹ ਕਰ, ਮੈਂ ਤਾਂ ਤੁਹਾਡੇ ਨਾਲ ਆ ਜਮਾ। ਹਾਂ ਹਾਂ, ਆ ਦੇਖੋ, ਆ ਲਓ ਜੀ। ਵਾਹ ਵਾਹ ਭੈਣ ਜੀ, ਮੈਨੂੰ ਐਂ ਦੱਸੋ। ਹਾਂ ਵੀਰੇ। ਬਈ ਮੁੰਡੇ ਦਾ ਕੱਦ ਕਾਠ ਥੋਡੇ ਤੇ ਗਿਆ ਜਾਂ ਪਿਓ ਤੇ? ਸੁੱਖ ਨਾਲ ਇਹਨਾਂ ਤੇ ਗਿਆ ਵੀਰੇ। ਇਹਨਾਂ ਤੇ ਗਿਆ? ਹਾਂਜੀ। ਇਹ ਤਾਂ ਫਿਰ ਜਮਾ ਗਿਟਕ ਜੀ ਲੱਗਦੀ ਆ, ਇਹ ਨਹੀਂ ਕੰਮ ਚੱਲਣਾ। ਆ ਜਿਹੜੀ ਕੁੜੀ ਆ, ਤੁਹਾਡਾ ਘਰ ਬਾਰ ਸੁੱਖ ਨਾ ਬਾਹਲਾ ਵੱਡਾ, ਇਹਤੋਂ ਸਾਂਭਿਆ ਨਹੀਂ ਜਾਣਾ ਭੈਣ ਜੀ। ਨਾ ਨਾ, ਮੈਂ ਰੰਗ ਜਿਹੜੀ ਭੰਗ ਪਾਉਣਾ। ਅੱਛਾ ਅੱਛਾ, ਕੁੜੀ ਆ ਜਾ ਤੂੰ, ਤੇਰਾ ਕਿਤੇ ਹੋਰ ਕਰੂੰਗਾ। ਲੈ ਵੀ ਮਾਸਟਰ, ਆ ਤਾਂ ਮਹਾਰਾਜ ਨੇ ਲਾਗੇ ਹੋ ਕੇ ਸੁਣ ਲਈ, ਕੁੜੀ ਦਾ ਕੱਦ ਕਾਠ ਤੇ ਮੁੰਡੇ ਦਾ ਕੱਦ ਕਾਠ ਐਨ ਕਮਾਲ ਦਾ। ਵਾਹ ਵੀ ਵਾਹ, ਇਹਦਾ ਖਾਨਦਾਨ ਤੇ ਤੁਹਾਡਾ ਖਾਨਦਾਨ ਬਰਾਬਰ ਦੀ ਟੱਕਰ। ਵਾਹ, ਕਿੱਡੀ ਸੋਹਣੀ ਆ ਮਹਿਮਾ, ਸ਼ਕਰੇ ਜਾਵਾਂ, ਕਿਤੇ ਨਜ਼ਰ ਨਾ ਲੱਗ ਜਾਏ। ਉਹ ਬੈਠਾ ਗੱਲਾਂ ਦੇ ਪੁਲ ਬੰਨੀ ਜਾਏਗਾ ਕਿ ਕੁੜੀ ਦੀ ਫੋਟੋ ਵੀ ਦਿਖਾਏਗਾ। ਆ ਲੈ ਭਾਈ, ਆ ਦੇਖੋ, ਤੁਸੀਂ ਦੇਖ ਲਓ ਭੈਣ ਜੀ, ਬਾਹਰ ਦਾ ਕੰਮ ਕਰ, ਕਿੰਨੀ ਸੋਹਣੀ ਕੁੜੀ ਆ, ਛਾਂਟ ਕੇ ਮੈਂ ਸਦਕੇ ਜਾਵਾਂ, ਬੁਲਾਈ ਸੋਹਣੀ ਆ, ਦੇਖਿਓ। ਉਹ ਲਿਆ ਫੜਾ ਦੇ ਉਰਾ, ਨਜ਼ਰ ਨਾ ਲਾ ਦੀ ਕਿਤੇ ਕੁੜੀ ਨੂੰ। ਲੈ ਵੀ ਮਿੱਠਾ ਸਿਆ, ਕੁੜੀ ਪਸੰਦ ਆ ਭਾਈ ਸਾਨੂੰ, ਬੰਦੇ ਵੀ ਤੂੰ ਦੱਸਦਾ ਵੀ ਵਧੀਆ, ਠੀਕ ਹੈ। ਇੱਧਰ ਫਿਰ ਜੋਗਾ ਸਿੰਘ ਦੀ ਵੀ ਜ਼ੁਬਾਨ ਪੱਕੀ ਤੇ ਮੁੱਛ ਖੜੀ। ਮੈਂ ਕਿਹਾ ਜਾ ਕੇ ਤੂੰ ਕੁੜੀ ਵਾਲੇ ਨਾਲ ਬਈ ਗੱਲਬਾਤ ਕਰ, ਆਪਣੇ ਵੱਲੋਂ ਰਿਸ਼ਤਾ ਪੱਕਾ। ਹਾਂ, ਉਹ ਮਾਸਟਰ ਤੇਰਾ ਦਿਮਾਗ ਸੈੱਟ ਆ, ਉਹ ਕੁੜੀਆਂ ਵਾਲੇ ਨਾਲ ਕਿੱਦਾਂ ਗੱਲ ਕਰਾਂਗੇ? ਤੁਸੀਂ ਕੁੜੀ ਦੀ ਫੋਟੋ ਤੇ ਦੇਖ ਲਈ ਆ, ਹੁਣ ਆਪਣੇ ਫਰਜ਼ੰਦ ਦਾ ਆਪਣੇ ਦਿਖਾਓ ਮੂੰਹ ਮਾਂਦਰਾ ਨਕਸ਼ਾ। ਉਹ ਅੱਛਾ, ਉਹ ਲਿਆ ਭਗਵਾਨ ਨੇ ਫੋਟੋ ਲਿਆ ਚੱਕ ਕੇ। ਭੈਣ ਜੀ, ਫੋਟੋਆਂ ਤੇ ਲਿਆਉਣੀਆਂ ਮੁੰਡੇ ਦੀਆਂ? ਵਿਚੋਲਾ ਸਾਹਿਬ, ਕਿਰਾਇਆ ਕਰਨੀ ਸੀ ਭਲਾ? ਬਾਈ, ਜਿਹੜੀਆਂ ਫੋਟੋ ਤੁਹਾਡੇ ਹਿਸਾਬ ਕਿਤਾਬ ਚ ਨਹੀਂ ਆਈਆਂ, ਮੈਂ ਕਿਸੇ ਫੋਟੋ ਦੇ ਹਿਸਾਬ ਕਿਤਾਬ ਚ ਆਉਣਾ ਭਲਾ? ਲੱਗਦਾ ਸਰਦਾਰ ਜੀ ਮੈਂ ਕਿਸੇ ਹਿਸਾਬ ਕਿਤਾਬ ਚ ਆਉਂਦਾ ਨੀ। ਚੱਲ ਪੱਠਿਆਂ ਦਾ ਹਿਸਾਬ ਕਿਤਾਬ ਕਰ, ਤੂੰ ਤਾਂ ਮੱਝਾਂ ਦੀਆਂ ਪੂਛਾਂ ਮੋੜ ਜੋ ਗਈ ਆ। ਆ ਲੋ ਵੀਰੇ, ਆ ਲੋ ਜੀ, ਵੇਖੋ, ਦਿਖਾਓ। ਲੈ ਵੀ ਮਿੱਠਾ ਸਿਆ, ਵਾਹ ਬਈ ਵਾਹ, ਲੈ ਆ ਤਾਂ ਬਣ ਗਈ ਗੱਲ। ਗੱਲ ਕੀ ਬਣ ਗਈ ਸਮਝੋ, ਗੱਲ ਪੱਕੀ ਬਣ ਗਈ। ਤੁਸੀਂ ਏਦਾਂ ਕਰੋ, ਮੁੰਡੇ ਨੂੰ ਸੱਦਾ ਭੇਜੋ। ਡੋਡੇ ਪੀਤੇ ਹੋਣ ਨਾ, ਆਖੀ ਨੀ ਪਟਦਾ ਤੇਰੇ ਚੋ ਨੀ ਪਾਲੀ, ਇਹ ਮੁੰਡਾ ਕੌਣ? ਮੈਨੂੰ ਕੀ ਪਤਾ ਕੌਣ, ਤੂੰ ਆਪੇ ਜਾ ਕੇ ਪੁੱਛਿਆ ਭਾਈ ਤੂੰ ਹੈ ਕੌਣ। ਮੇਰੀ ਜਾਂਦੀ ਆ ਜੁੱਤੀ ਇਹੋ ਜਿਹੇ ਲੰਡਰ ਕੋਲ। ਏਦਾਂ ਕਿਉਂ ਕਹਿੰਦੀ ਆ ਵਿਚਾਰੇ ਨੂੰ, ਆਪਾਂ ਨੂੰ ਕੁਝ ਕਿਹਾ ਉਹਨੇ? ਕਹਿ ਕੇ ਤਾਂ ਵੇਖੇ, ਪੁੱਤ ਬਣਾ ਲੂ। ਓ ਬਾਈ ਜੀ, ਉਹ ਮੈਂ ਤਾਂ ਕਿੰਨੇ ਹਰੀ ਚੁੱਭੀਆਂ ਲਵਾ ਕੇ ਵੇਖ ਲਈਆਂ, ਕੋਈ ਪੈਂਚਰ ਹੈ ਨਹੀਂ, ਹਵਾ ਹਵਾ ਨਿਕਲੀ ਹੋਣੀ ਆ, ਠੀਕ ਕਰਕੇ ਪਾ ਦਿੰਦਾ। ਇਹ ਤਾਂ ਮੈਨੂੰ ਵੀ ਪਤਾ ਸੀ। ਹੈਂ, ਕਿੰਨੇ ਪੈਸੇ ਹੋ ਗਏ ਤੇਰੇ? ਬਸ ਬੋਣੀ ਕਰਾ ਦੇ। ਚੱਲ ਉੱਠ ਚੱਲੀਏ, ਆਪਣਾ ਟਾਈਮ ਹੋ ਗਿਆ।
आला कार बोनी। मैं वेख ला हो गया घोड़े ते सवार, लगदा अपना पिछा करूगा। लगदा ते मैनू भी एदा ही आ, पर एदा हैगा मेरे कोले इलाज। तू ना एदा कर, जाके ना ओदे मोटरसाइकिल दे पिछे बह जा। तू हट जा पंगे लैण, चल तुर। तू दस या ना दस, गल तां कोई जरूर हैगी आ, एवें नहीं मगर मगर फिरदा। एहो जी कोई गल नहीं आ, तू भी ना बस एवें मर जानी है जा नहीं है, पर इन्हां वारा मुंडियां दा की है। माँ प्यो दी इज्जत मिट्टी च रोल दिंदे ने, जे पिंड तक आ गया लोकां ने खंभां दीआं डारां बना देनियां। ਕਤਾਂ ਮੇਰਾ ਪੁੰਨਿਆਂ ਦਾ ਚੰਨ ਲੋਕਾਂ ਤੋਂ ਡਰਦਾ ਵਾਲਾ ਹੈ। रौनक लगी होगी, मैं आपदी नूह नाल लड़िया करूंगी, झड़किया करूंगी, फिर प्यार नाल मना भी लिया करूंगी। हे सच्चा पाशा, हुण नहीं मेरा जी करदा लड़न नूं, हरजीते दे प्यो नाल 25 साल हो गए। आ की कहिंदे हुंदे ने सिंग बसाया नूं, ओहदे नाल तां भोरा सवाद नहीं आउंदा लड़न दा। हुण तां मेरा जी करदा नूह नाल लड़ा, प्यार करा, झड़का वाहेगुरु सच्चा पाशा। की होया बेबे? हैं जीते पुत, तू तू कदों आया? कल्ली ओ बैठी गल्ला मारी जानी है तू?
ਪੁੱਤ ਜਦੋਂ ਮੈਂ ਹਈ ਕੱਲੀ ਤਾਂ ਕੱਲੀ ਨੇ ਬਹਿ ਕੇ ਗੱਲਾਂ ਮਾਰਨੀ ਆ। ਤੇਰਾ ਪਿਓ ਆਪ ਤਾਂ ਸਵੇਰੇ ਸਵੇਰੇ ਤੁਰ ਜਾਂਦਾ, ਹੱਥਾਂ ਨੂੰ ਆ ਕੇ ਮੁੜਦਾ, ਮੈਨੂੰ ਕੱਲੀ ਨੂੰ ਵਿਹੜਾ ਖਾਣ ਨੂੰ ਆਉਂਦਾ। ਦੇਖ ਪੁੱਤ, ਮੈਥੋਂ ਨੀ ਹੁਣ ਘਰ ਬਾਰ ਦਾ ਕੰਮ ਹੁੰਦਾ ਹੈਗਾ, ਮੇਰੇ ਤਾਂ ਕਦੇ ਗਿੱਟੇ ਦੁਖਣ ਲੱਗ ਜਾਂਦੇ ਨੇ, ਕਦੇ ਗੋਡੇ ਦੁਖਣ ਲੱਗ ਜਾਂਦੇ ਨੇ। ਪੁੱਤ, ਮੈਨੂੰ ਤਾਂ ਨਾ ਹੁਣ ਨੋਹ ਚਾਹੀਦੀ ਆ। ਮੇਰਾ ਜੀ ਕਰਦਾ ਵਿਹੜੇ ਚ ਨੋਹ ਫਿਰਦੀ ਹੋਵੇ। ਹੁਣ ਵੇਲੇ ਹਰਜੀਤਿਆ, ਕਰ ਲੈ ਪਾਲੀ ਦੀ ਗੱਲ, ਕਦੇ ਉਧਰ ਨੂੰ ਜਾਣ, ਫਿਰ ਮੈਂ ਗੁਰਦੁਆਰੇ ਲੈ ਕੇ ਜਾਵਾਂ, ਕੁਰਬੁੜ ਕੁਰਬੁੜ ਹੁੰਦੀ ਫਿਰੇ ਜਾਣੀ ਦੀ। ਲੈ ਬੇਬੇ, ਇਹ ਵੀ ਕੋਈ ਬਾਲੀ ਵੱਡੀ ਗੱਲ ਆ? ਵਿਆਹ ਤਾਂ ਤੂੰ ਜਦੋਂ ਕਹੇ ਮੈਂ ਉਦੀ ਕਰਾ ਲੂੰ, ਬਸ ਤੂੰ ਕਾਇਮ ਹੋ। ਸੱਚੀ? ਲੈ ਦੇਖ ਪੁੱਤ, ਆਹ ਦੇਖ, ਮੈਂ ਪੂਰੀ ਕਾਇਮ ਹਾਂ, ਬਸ ਤੇਰੀ ਹਾਂ ਚਾਹੀਦੀ ਸੀ। ਪੁੱਤ, ਮੈਂ ਨਾ ਤੈਨੂੰ ਇਹੀ ਜੀ ਫੋਟੋ ਲਿਆ ਕੇ ਦਿਖਾਉਂਦੀ ਹਾਂ ਜਿੱਥੇ ਤੇਰੇ ਪਿਓ ਨੇ ਨਾ ਤੇਰਾ ਰਿਸ਼ਤਾ ਪੱਕਾ ਕੀਤਾ। ਹੁਣੇ ਆਈ ਬਸ ਮੈਂ। ਰਿਸ਼ਤਾ ਪੱਕਾ ਕਰਤਾ ਮੈਥੋਂ ਬਿਨਾਂ ਪੁੱਛੀ? ਬਾਪੂ ਵਾਲਾ ਵੀ ਸਰੇ ਹੀ ਪਿਆ। ਆਹ ਦੇਖ ਪੁੱਤ, ਕਿੰਨੀ ਸੋਹਣੀ ਫੋਟੋ ਆ, ਆਹ ਦੇਖੇ, ਫੜੀ ਫੜੀ। ਰੱਖੋ ਆਪਦੀਆਂ ਫੋਟੋਆਂ ਆਪਦੇ ਕੋਲ, ਮੈਂ ਨਹੀਂ ਕਰਾਉਂਦਾ ਵਿਆਹ। ਮੁੰਡਾ ਬੜਾ ਨਿਕਲਿਆ ਜਿਵੇਂ ਜੰਗ ਤੇ ਚੱਲਿਆ ਹੁੰਦਾ ਹੈ, ਨਾ ਆਪਦੇ ਪਿਓ ਨੂੰ ਕੋਈ ਸਤਿ ਸ੍ਰੀ ਅਕਾਲ, ਨਾ ਰਾਮ ਰਮਈਆ, ਕੀ ਹੋਇਆ? ਉਹ ਹੋਣਾ ਕੀ ਆ, ਮੈਂ ਇਹਨਾਂ ਨੂੰ ਕੁੜੀ ਦੀ ਫੋਟੋ ਦਿਖਾਈ ਸੀ, ਦੇਖਣੀ ਤਾਂ ਕੀ ਸੀ, ਪਰਾ ਭਗਾ ਕੇ ਮਾਰੀ। ਤੇ ਤੂੰ ਇਸੇ ਕਰਕੇ ਮੂੰਹ ਸਮੋਸੇ ਵਰਗਾ ਬਣਾਈ ਖੜੀ ਹੈ, ਹੈਂ? ਓਏ ਕਮਲੀਏ, ਪਹਿਲਾਂ ਪਹਿਲਾਂ ਇਹ ਮੁੰਡੇ ਕਰਦੇ ਹੀ ਹੁੰਦੇ ਆ, ਛੜਾਂ ਜੀਆਂ ਮਾਰਦੇ ਹੀ ਹੁੰਦੇ ਆ, ਐਵੇਂ ਨਹੀਂ ਘਬਰਾਈਦਾ ਹੁੰਦਾ। ਆਪਦੇ ਹੱਥੀ ਮੈਂ ਤੈਨੂੰ ਵਿਆਹ ਦੀਆਂ ਤਿਆਰੀਆਂ ਕਰਦਾ ਦਿਖਾ ਦੂੰ ਇਹ। ਹਾਂ, ਹੋਰ ਕੀ, ਇਉਂ ਕਰ, ਤੂੰ ਆਪਦੇ ਸੁਭਾਅ ਵਰਗੀ ਚਾਹ ਬਣਾ ਕੇ ਲਿਆ। ਨਾ ਤੁਹਾਡੇ ਵਰਗੀ ਤੱਤੀ ਜੀ ਨਾ ਬਣਾ ਲਿਆਵਾਂ। ਓਹੋ, ਉਹ ਹੁਣ ਗੱਲ ਤਾਂ ਕਿਤੇ ਮੁਕਾਉਣੀ ਹੁੰਦੀ ਆ, ਮੁੱਕ ਗਈ। ਮੁੱਕਦੀ ਗੱਲ ਇਹ ਆ ਜੈਬ ਸਿਆ, ਵੀ ਮਿੱਠਾ ਸਿੰਘ ਨੇ ਕਰ ਲਿਆ ਮੂੰਹ ਮਿੱਠਾ, ਹੁਣ ਮੈਂ ਖੋਲਣ ਲੱਗਾ ਚਿੱਠਾ। ਮੇਰੇ ਕੋਲ ਆ ਤਿੰਨ ਮੁੰਡੇ ਦੀਆਂ ਫੋਟੋਆਂ। ਆਲਾ, ਹੈਂ, ਵਾਹ, ਚੱਕ ਤੇ ਫਟੇ। ਆ ਜਿਹੜਾ ਪਹਿਲਾ ਮੁੰਡਾ ਆ, ਇਹ ਆਪਣੇ ਕੁੜੀ ਦੇ ਤੁਹਾਡੇ ਹਿਸਾਬ ਚ ਨਹੀਂ ਆਉਣਾ, ਇਹਨੂੰ ਮੈਂ ਦਿੰਦਾ ਜੀ 33 ਨੰਬਰ। ਤੇਰਾ ਮੈਂ ਪੁੱਤ ਕਿਤੇ ਹੋਰ ਟਾਂਕਾ ਭਰਾਉਂਗਾ, ਤੂੰ ਚੱਲ। ਭਾਈਆ, ਕਾਲਾ ਸਿੰਘ ਨੇ ਤਾਂ ਪਹਿਲੇ ਹਿਸਾਬ ਲਾ ਲਿਆ ਸੀ ਵੀ ਆ ਪਹਿਲੀ ਫੋਟੋ ਵਾਲਾ ਮੁੰਡਾ ਲੋਟ ਨਹੀਂ ਆਉਣਾ। ਲਓ ਜੀ, ਆ ਜਿਹੜਾ ਦੂਜਾ ਮੁੰਡਾ ਆ, ਭਾਈਆ ਮੈਂ ਹਿਸਾਬ ਲਾ ਲਿਆ ਵੀ ਇਹ ਪੱਕਾ ਹੀ ਸੂਤ ਆ ਜੂ। ਹਾਂ, ਇਹ ਤੁਹਾਡੇ ਘਰ ਬਾਰ ਦੇ ਹਿਸਾਬ ਨਾਲ ਨਹੀਂ, ਮੈਚ ਨਹੀਂ ਆਉਂਦਾ। ਚੱਲ ਪੁੱਤ, ਤੂੰ ਵੀ ਝੋਲੇ। ਆ ਜਿਹੜੀ ਤੀਜੀ ਫੋਟੋ ਆ ਨਾ ਜੀ, ਕਿਤੇ ਇਹਨੂੰ ਵੀ ਨਾ ਝੋਲੇ ਚ ਪਾ ਲਈਏ। ਭਾਈਆ, ਮੈਂ ਹਿਸਾਬ ਲਾ ਲਿਆ ਵੀ ਇਹ ਤੀਜਾ ਮੁੰਡਾ ਵੀ ਸੂਤ ਨਹੀਂ ਆਉਣਾ, ਇਹ ਤਾਂ ਚਾਹ ਪੀਣ ਤੇ ਬਿਸਕੁਟ ਹੀ ਖਾਣਾ ਆ ਬਸ। ਇਹ ਤੁਹਾਡੇ ਹਿਸਾਬ ਚ ਆਉਂਦਾ, ਇਹਦੀ ਜ਼ਮੀਨ ਜਾਇਦਾਦ ਵੀ ਚੰਗੀ ਆ, ਮੁੰਡਾ ਵੀ ਸੋਹਣਾ ਸੁਰੱਖਾ, ਤੇ ਇਹਦੀ ਸਰਦਾਰ ਜੀ ਜੋੜੀ ਲੱਗਣੀ ਆ ਜਿਵੇਂ ਟੱਚ ਬਟਨ ਹੁੰਦੇ। ਕਾਲਿਆ, ਮੈਂ ਹਿਸਾਬ ਲਾ ਲਿਆ। ਭਾਈਆ ਕੀ? ਕਿ ਤੂੰ ਹਿਸਾਬ ਨਾ ਲਾਇਆ ਕਰ। ਲਓ ਜੀ ਬਾਈ ਜੀ, ਕਰੋ ਮੁੰਡੇ ਦੇ ਦਰਸ਼ਨ। ਕਿਉਂ ਕਰਤਾਰ ਗੁਰੇ? ਹਾਂਜੀ, ਤੂੰ ਵੀ ਮਾਰ ਲਾ ਨਿਗਾਹ, ਮੁੰਡੇ ਤਾਂ ਸੋਹਣਾ। ਅੱਛਾ ਜੀ, ਲੈ ਭੈਣ ਜੀ ਨੂੰ ਤਾਂ ਹਾਂ ਕਰਦੇ। ਆਹ ਲਓ ਜੀ, ਮੈਂ ਤਾਂ ਮੂੰਹ ਮਿੱਠਾ ਕਰ ਲਈਏ, ਬਾਕੀ ਤੁਸੀਂ ਚੱਕ ਲਓ। ਆ ਵੀ ਲੈ ਜਾਓ ਜੀ, ਆ ਵੀ ਲੈ ਜਾਓ। ਲਓ, ਵਧਾਈਆਂ ਹੋ ਗਈਆਂ ਕਿ ਬਾਜੀ? ਹੁਣ ਤੁਹਾਨੂੰ ਮੁੰਡਾ ਪਸੰਦ ਆ ਗਿਆ ਤਾਂ ਸਵੇਰੇ ਆਪਾਂ ਮੁੰਡੇ ਵਾਲੇ ਦੇ ਘਰ ਚੱਲਦੇ ਹਾਂ, ਹੁਣ ਤੁਸੀਂ ਆਰਾਮ ਨਾਲ ਆਨੰਦ ਨਾਲ ਰੋਟੀ ਪਾਣੀ ਖਾ ਕੇ ਸੋਵੋ। ਬਿੱਲੀ ਹੱਜ ਨੂੰ ਚੱਲੀ। ਹੱਜ ਨੂੰ ਚੱਲੀ ਨੀ ਬਾਈ, ਹੱਜ ਕਰਕੇ ਆਈ ਆ। ਬਖਸ਼ਾਉਣੀਆਂ ਹੀ ਆ। ਉਹ ਸ਼ਰਮ ਕਰੋ ਯਾਰ,
ਐਵੇਂ ਨਹੀਂ ਕਿਸੇ ਭਗਤਣੀ ਨੂੰ ਮੰਦਾ ਚੰਗਾ ਬੋਲੀ ਦਾ ਹੁੰਦਾ। ਓਏ ਕੰਜਰੋ ਸ਼ਰਮ ਕਰੋ ਸ਼ਰਮ, ਕੀ ਵਿਚਾਰੀ ਨੂੰ ਅਵਾ ਤਵਾ ਬੋਲੀ ਜਾਂਦੇ ਹੋ? ਇਹ ਤਾਂ ਸੌਰਾਂ ਦੀ ਸਤਾਈ ਪਹਿਲਾਂ ਹੀ ਪੇਕੇ ਪਿੰਡ ਬੈਠੀ ਹੈ, ਨਾਲੇ ਇਹ ਆਪਣੇ ਪਿੰਡ ਦੀ ਧੀ ਭੈਣ ਆ। ਧੀ ਭੈਣ ਤੇ ਆਪਾਂ ਕਦੋਂ ਮੁਕਰਦੇ ਤਾਇਆ? ਜੇ ਧੀ ਭੈਣ ਆ ਤਾਂ ਧੀ ਭੈਣ ਬਣ ਕੇ ਰਵੇ। ਅਗਲੀ ਰਾਤ ਨੂੰ ਬੁਲਾਉਂਦੀ ਆ ਸੱਜਰੇ ਖਸਮ ਨੂੰ। ਨਾ ਤੁਸੀਂ ਕਿਸੇ ਨੇ ਦੇਖਿਆ, ਐਵੇਂ ਜੱਕੜ ਮਾਰੀ ਜਾਂਦੇ ਹੋ। ਕੋਈ ਗੱਲ ਨੀ ਚਾਚਾ, ਇਸੇ ਤਾਕ ਚ ਦੇਖੀ ਜਾਇਓ, ਬਹੁਤ ਜਲਦੀ ਦਿਖਾਵਾਂਗੇ ਤਮਾਸ਼ਾ। ਪਾਲੀ ਮਾਸੀ ਮੈਂ ਆ ਗਈ। ਆ ਜਾ ਆ ਜਾ, ਚੰਨੋ ਲੰਗਿਆ ਬੁੱਢੀ, ਤੈਨੂੰ ਚੇਤੇ ਕਰੀ ਜਾਂਦੀ ਸਵੇਰ ਦੀ। ਹਾਂਜੀ, ਕਿੱਥੋਂ ਆਏ ਹੋ? ਗੁਰਦੁਆਰੇ। ਮੈਂ ਕਿਹਾ ਮੈਂ ਤਾਂ ਚੰਨੋ ਨੂੰ ਹੀ ਦਊਂਗੀ। ਤੁਸੀਂ ਕਾਹਤੋਂ ਇੰਨੀ ਖੇਚਲ ਕਰਦੇ ਹੁੰਦੇ ਹੋ ਚਾਚੀ? ਲੋ ਦੱਸ, ਖੇਚਲ ਕਾਹਦੀ ਪੁੱਤ, ਤੂੰ ਤਾਂ ਮੈਨੂੰ ਪਾਲੀ ਨਾਲੋਂ ਵੀ ਪਿਆਰੀ ਆ, ਭਾਵੇਂ ਗਵਾਂਢਣ ਹੈ। ਮਾਮਾ ਮਾਮਾ ਤੇਰਾ ਪਾਟ ਗਿਆ ਪਜਾਮਾ। ਹਟ ਕਵਲੀ ਨਾ ਵੇਦਾ। ਗੁੱਡੋ ਬਹੁਤ ਬੋਲਦੀ ਹੈ ਤੂੰ, ਚੱਲ ਘਰ ਚੱਲੀਏ। ਨਹੀਂ ਮੈਂ ਨਹੀਂ ਜਾਣਾ, ਮੈਂ ਤਾਂ ਪਾਲੀ ਮਾਸੀ ਕੋਲ ਰਹਿਣਾ। ਭੈਣੇ ਰਹਿਣ ਦੇ ਇਹਨੂੰ ਮੇਰੇ ਕੋਲ, ਮੇਰਾ ਵੀ ਜੀ ਨਹੀਂ ਲੱਗਣਾ। ਤੂੰ ਰਹੇਂਗੀ ਨਾ ਮੇਰੇ ਕੋਲ? ਹਾਂ ਦੇਖੀ ਰਹਿਣ ਦੇ। ਚੰਗਾ ਕਰਤਾਰ ਕਰੇ। ਹਾਂਜੀ। ਆ ਚਰਨੋ ਨੂੰ ਬਾਲਾ ਮੂੰਹ ਨਾ ਲਾਇਆ ਕਰ। ਕਿਉਂ, ਕੀ ਹੋਇਆ? ਪਹਿਲਾਂ ਤਾਂ ਸੁਣਦੀ ਸੀ ਮੈਨੂੰ ਰਾਤਾਂ ਨੂੰ ਕੋਈ ਮਿਲਣ ਆਉਂਦਾ, ਉਹ ਸੱਚ ਹੈ ਰਾਤ ਮੈਂ ਆਪਦੇ ਅੱਖੀਂ ਦੇਖਿਆ। ਨਾ ਜੀ, ਮੈਨੂੰ ਤਾਂ ਕੁੜੀ ਇਹੋ ਜਿਹੀ ਲੱਗਦੀ ਨਹੀਂ, ਮੇਰਾ ਦਿਲ ਨਹੀਂ ਮੰਨਦਾ। ਅੱਛਾ ਚਲੋ ਛੱਡੋ, ਮੈਂ ਕਹਿੰਦੀ ਸੀ ਵੀ ਕੁੜੀ ਨੂੰ ਮਾੜੀ ਜੀ ਫੋਟੋ ਹੀ ਦਿਖਾ ਦਿੰਦੇ, ਪੜ੍ਹੀ ਲਿਖੀ ਹੈ। ਉਹ ਭਲੀਏ ਲੋਕੇ, ਆ ਦੇਖਾ ਦਿਖਾਈ ਵਾਲੀ ਗੱਲ ਆਪਣੇ ਟੱਬਰ 'ਚ ਪਹਿਲਾਂ ਕਦੇ ਹੋਈ ਹੈ? ਨਾਲੇ ਮੈਂ ਉਹਦਾ ਬਾਪ ਹਾਂ, ਦੁਸ਼ਮਣ ਨਹੀਂ, ਜੋ ਕਰੂੰ ਚੰਗਾ ਹੀ ਕਰੋ। ਭਾਈਆ ਜੀ ਮੈਂ ਹਿਸਾਬ ਲਾ ਲਿਆ ਵੀ ਆਪਾਂ ਲੇਟ ਹੋ ਗਏ, ਆਓ ਚੱਲੀਏ। ਇੱਕ ਤੇਰਾ ਭਰਾ ਆਪਦੇ ਹਿਸਾਬ ਕਿਤਾਬ 'ਚ ਹੀ ਗੁਆਚਿਆ ਰਹਿੰਦਾ। ਚੱਲਦੇ ਆ ਬਾਲਿਆ ਕਾਲਿਆ, ਚੱਲ ਤੁਰ। ਆਜੋ ਆਜੋ ਭਾਈਆ ਜੀ। ਪਾਲੀ ਪੁੱਤ ਮੈਂ ਸ਼ਹਿਰ ਚੱਲਿਆ, ਕੁਛ ਮੰਗਾਉਣਾ ਤਾਂ ਨਹੀਂ? ਬਾਪੂ ਜੀ ਤੁਹਾਨੂੰ ਪਤਾ ਤੇ ਹੈਗਾ, ਲੀਲੇ ਹਲਵਾਈ ਦੀ ਦੁਕਾਨ ਤੋਂ ਮੇਰੇ ਲਈ ਬਾਲੂਸ਼ਾਹੀ ਤੇ ਮਰੂੰਡਾ, ਬਾਕੀ ਟਾਈਮ ਸਿਰ ਆ ਜਿਓ, ਨਹੀਂ ਤੇ ਸਾਨੂੰ ਫਿਕਰ ਹੋ ਜਾਂਦਾ। ਓ ਕਮਲੀਏ ਕੁਛ ਨਹੀਂ ਹੁੰਦਾ ਤੇਰੇ ਬਾਪ ਨੂੰ, ਚੱਲ ਬਈ ਮਾਰ ਸੈਲਫ, ਤੂੰ ਗੁੱਡੀ ਹੋਰ ਗੱਡੀ ਬਣਾ ਲਾ। ਚੱਲ ਚੱਲ। ਹੇ ਦਾਤਿਆ ਕਿਰਪਾ ਕਰੀ, ਸਾਰੇ ਕਾਰਜ ਰਾਸ ਹੋ ਜਾਣ। ਮੈਨੂੰ ਸਰਦਾਰ ਦਾ ਹੁਕਮ ਹੋਇਆ, ਜਾ ਯਾਰ। ਚੱਲ ਮੈਂ ਆਉਣਾ। ਬਾਕੀ ਜੀ ਮਿੱਠਾ ਸਿੰਘ ਨੇ ਸਾਨੂੰ ਸਾਰੀ ਗੱਲ ਦੱਸਤੀ ਹੈ, ਤੁਹਾਨੂੰ ਮਿਲਣਾ ਸੀ ਜੀ ਮਿਲ ਲੇ, ਬਈ ਸਾਡੇ ਵੱਲੋਂ ਤਾਂ ਰਿਸ਼ਤਾ ਪੱਕਾ। ਬਾਕੀ ਜਿਹੜੀ ਮੈਂ ਜ਼ੁਬਾਨ ਚੋਂ ਗੱਲ ਕਹਿਤੀ, ਬਸ ਜ਼ੁਬਾਨ ਪੱਕੀ ਤੇ ਜੋਗਾ ਸਿੰਘ ਦੀ ਮੁੱਛ ਖੜੀ ਹੁੰਦੀ ਹੈ। ਦੇਖੋ ਜੀ ਮੁੰਡਾ ਆਉਂਦਾ ਖੇਤੋਂ, ਤੁਸੀਂ ਆਪਦੀ ਤਸੱਲੀ ਕਰ ਲਓ, ਠੀਕ ਹੈ ਜੀ? ਬਾਕੀ ਆ ਕਰੋ ਮੂੰਹ ਮਿੱਠਾ, ਬਸ ਇਹ ਤਾਂ ਬਣਦਾ ਵੀ ਆ, ਔਰ ਸਭ ਤੋਂ ਪਹਿਲਾਂ ਮਿੱਠਾ ਸਿੰਘ ਹੀ ਮੂੰਹ ਮਿੱਠਾ ਕਰੂਗਾ, ਔਰ ਚੱਕੂਗਾ ਵੀ ਦੋ ਦੋ। ਕਿਉਂ? ਉਹ ਮਾਸਟਰਾ ਮੁੜਦੇ ਗੇੜੇ ਕੀ ਪਤਾ ਪਲੇਟ ਖਾਲੀ ਮਿਲੇ। ਆ ਗਿਆ ਕਮਾਊ ਪੁੱਤ ਜੱਟ ਦਾ ਬਈ। ਸਤਿ ਸ਼੍ਰੀ ਅਕਾਲ ਕਾਕਾ। ਭਾਈਆ ਮੈਂ ਸਾਰਾ ਹਿਸਾਬ ਕਿਤਾਬ ਜਿਹਾ ਲਾ ਕੇ ਵੇਖਿਆ ਵੀ ਮੁੰਡੇ ਨੇ ਦੂਰੋਂ ਹੀ ਸਤਿ ਸ਼੍ਰੀ ਅਕਾਲ ਬੁਲਾਤੀ ਆ, ਨੇੜੇ ਆ ਕੇ ਪੈਰੀ ਪੂਰੀ ਹੱਥ ਤਾਂ ਲਾਏ ਨਹੀਂ। ਉਹਨੂੰ ਪਤਾ ਨਹੀਂ ਨਾ ਕਿ ਬਾਬਾ ਕਾਲਾ ਦਾਸ ਜੀ ਆਏ ਹੋਏ ਨੇ, ਮੁੰਡਾ ਦੇਖਣ ਆਏ ਆ, ਜਦੋਂ ਰਿਸ਼ਤਾ ਪੱਕਾ ਹੋ ਗਿਆ ਲਵਾ ਲਈ ਜਿਹੜੇ ਪੈਰੀ ਹੱਥ ਲਵਾਉਣੇ ਨੇ। ਵੈਸੇ ਆਪਣੇ ਕਮਾਊ ਪੁੱਤ ਦੀ ਉਮਰ ਕਿੰਨੀ ਕਿਆ ਜੀ? ਉਮਰ ਮਤਲਬ ਤੁਸੀਂ ਮਾਡਲ ਪੁੱਛਦੇ ਹੋ? ਐਂ ਲਾ ਲਓ, ਦੇਖੋ ਜੀ ਹੁਣ ਚੱਲਦਾ 95 ਤੇ 71 ਚ ਹੋਇਆ ਮੇਰਾ ਵਿਆਹ, 72 ਮਾਡਲ ਲਾ ਲਓ। ਪੁੱਤ ਤੇਰੇ ਦਾਦਾ ਜੀ ਨੇ ਨਾ ਸਾਡੇ ਵਿਆਹ ਤੋਂ ਸਾਲ ਕੁ ਬਾਅਦ ਹੀ ਲੈ ਕੇ ਦਿੱਤਾ ਸੀ, ਹੁਣ ਲੱਗਦਾ ਤੇਰਾ ਪਿਓ ਵੇਚ ਕੇ ਛੱਡੂ। ਆ ਲੈ ਫੜ ਪਾਣੀ ਪੀ ਲੈ। ਘਰ ਬਾਰ ਵੀ ਚੰਗਾ ਤੇ ਮੁੰਡਾ ਵੀ ਮਿਹਨਤੀ ਲੱਗਦਾ ਤੇ ਮਾਂ ਬਾਪ ਵੀ ਚੰਗੇ ਹੀ ਹੋਣਗੇ, ਪਰ ਜ਼ਮੀਨ ਜਾਇਦਾਦ ਬਾਰੇ ਤਾਂ ਪੁੱਛ ਲਓ। ਪੁੱਛਦਾ, ਕੋਈ ਗੱਲ ਨੀ, ਚਿੰਤਾ ਨਾ ਕਰੋ ਮਾਸਟਰ ਜੀ। ਇਹ ਪੁੱਛਦਾ ਜ਼ਮੀਨ ਜਾਇਦਾਦ ਬਾਰੇ, ਵੈਸੇ ਤਾਂ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਸੀ, ਪਰ ਤੁਸੀਂ ਆਪਣੇ ਥੰਮ ਦੱਸ ਦਿਓ ਕਿੰਨੇ ਕਿੱਲੇ ਹੈ? ਜ਼ਮੀਨ ਤਾਂ ਮੇਰੀ ਹੈਗੀ ਹੈ ਪੂਰੀ
26 किले ते बौंदा भी कल्ला आ शेर ही है। क्यों भाई हरजीते पुत है कि नहीं? हां जी हां जी भाई जी, बहुत पुछगछ हो गई है, हुन तुसी मुंह मिठा करो। की कहने? मेरे हिसाब नाल ता ठीक है भैया। चंगा भी जोगिंदर सिंह, सानू ता दियो छुट्टियां। अच्छा जी सत श्री अकाल। सानू मुंडा पसंद है, ट्रैक्टर पसंद इको गल है। बस कोई नहीं, कोई नहीं, जुबान पक्की ते कुछ खड़ी। हां जी गल पक्की है जी। ਜਦੋਂ ਮੈਂ ਮੋਰੇ ਨੇ ਤੇਰਾ ਚਿੱਤਲਾ ਤੇ ਸੋਟੀ ਸਾਰਾ ਭੁਰ ਜੇਗਾ। ਬੰਦੇ ਦਾ ਪੁੱਤ ਬਣ ਕੇ ਪੜ ਕਿੱਦਾਂ ਹੀਰਾ ਗਾਉਣ ਲੱਗਾ। ਉਹ ਬੇਬੇ ਮੈਂ ਹੀਰਾ ਨਹੀਂ ਗਾ ਰਿਹਾ, ਮੈਂ ਅੰਗਰੇਜ਼ੀ ਪੜ ਰਿਹਾ, ਆਏ ਮੈਨੂੰ ਛੇਤੀ ਯਾਦ ਹੋ ਜਾਂਦੀ ਆ। ਅੱਛਾ ਅੱਛਾ ਅੰਗਰੇਜ਼ੀ ਪੜ ਪੜ ਮੇਰਾ ਪੁੱਤ, ਕੋਈ ਸੋਹਣੀ ਜੀ ਮੇਵ ਲੈ ਕੇ ਆਵਾਂਗੇ। ਲੈ ਆ ਗਏ ਸਾਹਿਬ ਜੀ। ਲੈ ਲੱਡੂ ਅੰਗਰੇਜ਼ੀ ਚ ਗਾਉਣ ਬਣਾ ਬਣਾ ਕੇ ਬੋਲ ਰਿਹਾ ਸੀ ਤੇਰੇ ਮੇਹਰ ਜੀ ਤੇ। ਤੂੰ ਤਾਂ ਕਹਿੰਦਾ ਸੀ 10-12 ਦਿਨ ਲਾ ਕੇ ਆਉਣਾ, ਤੂੰ ਤਾਂ ਪਹਿਲਾਂ ਹੀ ਮਾੜਾ ਆ। ਲੱਗਦਾ ਭੂਆ ਬਗੈਰ ਜੀ ਨਹੀਂ ਲੱਗਾ, ਜਿੰਦਾ ਵਸਦਾ ਰਹਿ ਮੇਰੇ ਪੁੱਤ, ਜੁਗ ਜੁਗ ਜੀਵੇ ਜਵਾਨੀਆਂ ਮਾਣੇ। ਨਾ ਸਾਡੇ ਵੀ ਲਾਦਿਆ ਕਰੋ ਕਦੇ ਪੈਰੀ ਹੱਥ, ਸਾਡੀ ਕਿਹੜਾ ਪੈਰਾਂ ਨੂੰ ਖੁਰਕ ਪਈ ਹੈ। ਖੜ ਜਾ, ਤੇਰੀ ਖੁਰਕ ਮੈਂ ਠੀਕ ਕਰਦੀ ਹਾਂ, ਜਾ ਕੇ ਵੀਰ ਲਈ ਪਾਣੀ ਲੈ ਕੇ ਅੰਦਰੋਂ। ਹੁਣੀ ਨਾ ਲਿਆਦਾ ਨਿੰਬੂ ਪਾਣੀ ਭੂਆ। ਹਾਂ ਪੁੱਤ, ਤੇਰੇ ਨਾਲ ਇੱਕ ਗੱਲ ਕਰਨੀ ਸੀ। ਇੱਕ ਛੱਡ 10 ਕਰ, ਜਮ ਜਮ ਕਰ ਮੇਰਾ ਪੁੱਤ। ਉਹਨਾਂ ਉਧਰ ਬਾਪੂ ਨੇ ਨਾ ਮੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੈ ਬਾਬਾ ਜੀ ਆ ਗਏ, ਮੈਂ ਸੰਗਰਾਂਦ ਦੀ ਪਰਚੀ ਕਟਾਵਾਂ, ਬਸ ਆਈ ਹੁਣੇ। ਲਓ ਬਾਬਾ ਜੀ। ਪੂਆ ਮੇਰੀ ਅੜਾ ਵੇ ਅੜਾ ਲੱਗਾ ਸੌਣ ਦਾ ਚੜਾ, ਪਾਣੀ ਪੀ ਲੈ ਵੇ ਵੀਰਾ ਮੈਂ ਕਦੋਂ ਦਾ। ਓਏ ਚੁੱਪ ਕਰੋ ਕਦੂ ਆ ਜਾ, ਚੱਕਰਾ ਤਵੇ ਤੋ ਸੂਈ ਆਪਣੀ, ਮੈਂ ਨਹੀਂ ਪੀਣਾ ਪਾਣੀ ਪੂਣੀ। ਨਾ ਤੂੰ ਇਧਰੋਂ ਤਾਂ ਖੰਡ ਦਾ ਖੜਾਉਣਾ ਗਿਆ ਸੀ ਓਏ, ਉਧਰੋਂ ਕਿਹੜਾ ਕੌੜ ਕਰੇਲਾ ਬਣ ਕੇ ਆ ਗਿਆ। ਓਏ ਚੱਲ ਇੱਥੋਂ ਯਾਰ। ਜੋ ਆ ਗਿਆ ਮਹਾਰਾਜ, ਆਪਾਂ ਨੂੰ ਕੀ ਆ, ਆਪਾਂ ਪੀ ਲੈਂਦੇ ਆ, ਠੰਡਾ। ਲੈ ਹਰਜੀਤੇ ਹੁਣ ਮੇਰੀ ਸਰਪੰਚੀ ਪੱਕੀ। ਆ ਵੇਖ ਬਾਬਾ ਜੀ ਨੇ ਪਰਚੀ ਤੇ ਲਿਖਤਾ, ਸਰਪੰਚਣੀ ਵੱਲੋਂ 100 ਰੁਪਈਆ ਗੁਪਤ ਦਾਨ। ਬੂਆ ਸਰਪੰਚਣੀ ਬਣ ਕੇ ਮੇਰੀ ਇੱਕ ਗੱਲ ਸੁਣ ਲੈ। ਹਾਂ ਸੱਚ ਦੱਸ, ਤੂੰ ਕੀ ਕਹਿੰਦਾ ਸੀ? ਬਾਪੂ ਨੇ ਨਾ ਮੇਰਾ ਕਿਤੇ। ਲੈ ਹੁਣ ਇਹ ਡਿੰਗਲ ਲੱਗ ਪਈ, ਜੇ ਇਹਨੂੰ ਹੁਣ ਇਹਨਾਂ ਨਾ ਚੋਇਆ ਪੁੱਤ ਫਿਰ ਇਹਨੇ ਮਿਲਣਾ ਨੀ। ਤੂੰ ਨਾ ਕਾੜਨੀ ਚੋਂ ਦੁੱਧ ਕੱਢ ਕੇ ਪੀ, ਮੈਂ ਹੁਣੇ ਧਾਰ ਕੱਢ ਕੇ ਲਿਆਈ, ਫਿਰ ਆ ਕੇ ਤੇਰੀ ਗੱਲ ਸੁਣਦੀ ਆ। ਇੱਕੋ ਮਿੰਟ ਮੈਂ ਹੁਣੇ ਆਈ। ਭੂਆ ਜੇ ਕੋਈ ਜ਼ਿਆਦਾ ਦੁੱਖ ਤਕਲੀਫ ਹੈ ਬੱਚਾ, ਤਾਂ ਇੱਧਰ ਬਾਬਾ ਸ਼੍ਰੀ ਸ਼੍ਰੀ 151 ਬੈਠੇ ਨੇ, ਆਜੋ ਮੱਥਾ ਟੇਕ ਲੋ, ਬਾਬੇ ਤੁਹਾਡੇ ਸਾਰੇ ਕਸ਼ਟ ਕਲੇਸ਼ ਮਿਟਾ ਦੇਣਗੇ। ਓਏ ਚੁੱਪ ਕਰ ਜਾ, ਮੈਂ ਕੁੱਟ ਕੁੱਟ ਕੇ ਗੁਲਗੁਲੇ ਵਰਗਾ ਕਰ ਦੂੰ ਤੈਨੂੰ। ਗੁਲਗੁਲਾ ਤਾਂ ਹਮ ਪਹਿਲੀ ਹੈ ਬੱਚਾ। ਕੀ ਹੁਆ ਬੱਚਾ, ਨਾਰਾਜ਼ ਹੋ ਗਏ? ਲੈ ਐਵੇਂ ਡਿੰਗੀ ਜਾਂਦੀ ਸੀ, ਕਿਤੇ ਗੜਵੀ ਦੁੱਧ ਦੀ ਨਹੀਂ ਦਿੱਤੀ। ਭੂਆ ਸਾਰੇ ਕੰਮ ਛੱਡ, ਸਾਹ ਰੋਕ ਲੈ ਤੇ ਮੇਰੀ ਗੱਲ ਸੁਣ। ਲੈ ਸਾਹ ਰੋਕ ਕੇ ਮਾਰਨਾ ਤੂੰ ਮੈਨੂੰ? ਮੇਰੀ ਗੱਲ ਦੱਸ ਕੀ ਆ? ਉਧਰ ਬਾਪੂ ਨੇ ਨਾ ਤੈਨੂੰ ਬਿਨਾਂ ਪੁੱਛੇ, ਮੈਨੂੰ ਬਿਨਾਂ ਪੁੱਛੇ ਮੇਰਾ ਪਤਾ ਨਹੀਂ ਕਿਹਦੇ ਨਾਲ ਕਿੱਥੇ ਮੇਰਾ। ਲੈ ਫੁੱਫੜ ਆ ਗਿਆ ਤੇਰਾ, ਵੇ ਲੱਡੂ ਬੂਆ ਖੋਲ ਗਿਆ ਕਿ ਮੈਂ ਜਿਹੜੀ ਨਾ ਬੱਜੀ ਤੇ ਮਾਰ। ਬੂਆ ਖੋਲ ਖੜ, ਮੇਰੀ ਗੱਲ ਸੁਣ ਲੋ ਕੋਈ। ਹਾਂ ਹਾਂ ਇੱਕ ਮਿੰਟ, ਖੋਲ ਖੜ ਚੰਗੀ ਤਰ੍ਹਾਂ ਖੋਲ ਦੇ, ਪਰੇ ਹੋ ਜਾ ਪਰੇ, ਤੇਰੇ ਵਿੱਚ ਮਾਰੂਗਾ ਲਿਆ ਕੇ। ਬੂਆ ਚਿਬ ਪਾ ਤੇ ਗਈ ਵਰੀ ਸੇ ਤੇ ਬੂਆ ਦੇ ਵਿੱਚ। ਓ ਬੜਾ ਨੋਰਾ ਵਾ, ਓ ਬੋ ਤੂੰ ਦਰਵਾਜ਼ਾ ਬੰਦ ਕਰ, ਉੱਤੇ ਚੜ ਕੇ ਬਹਿ ਗਿਆ। ਓਏ ਹਾਏ ਚੱਲ ਮੈਂ ਰਹਿਣ ਦੇਣਾ। ਲੈ ਹਰਜੀਤਾ ਖੜਾ ਆ, ਮੇਰਾ ਪੁੱਤਾ ਆ, ਲੋ ਆ ਮੇਰੇ ਨਾਲ ਬੋਰੀਆਂ ਆ ਜਾ। ਵੇ ਹਰਜੀਤੇ ਜਾ ਪਵਾ ਹੱਥ, ਅੱਜ ਫਿਰ ਡੱਫ ਕੇ ਆ ਗਿਆ,
ਜਲਵਾ ਦੇ ਬੋਰੀਆਂ। ਪਰ ਮੇਰੀ ਗੱਲ ਤਾਂ ਸੁਣ ਲੋ। ਵੇ ਸੁਣਦੀ ਆ ਤੇਰੀ ਗੱਲ। ਆ ਜਾ ਹੁਣ। ਜਾ ਨੂੰ ਹੱਥ ਪਵਾ ਪਹਿਲਾਂ ਜਾ ਕੇ ਕੋਠੇ ਤੇ ਲੱਗੇ ਸਪੀਕਰ ਵਾਂਗੂ ਨਾ ਉਹਨੇ ਬੋਲੀ ਜਾਣਾ ਉਹਨਾਂ ਚਿਰ। ਆ ਜਾ ਉਹ ਪੁੱਟਲਾ ਪੈਰੇ ਕਿਹੜੀਆਂ ਝਾਂਜਰਾਂ ਪਈਆਂ। ਆ ਫੜ जराब धोके सुकने पाई हुंदी है। ओ सुखा ओए सुख नी फुफड़ा मेरा मसला हल कर। हां मसला खादी पीती च पुत मसले उलझ जांदे हुंदे आ। लड्डू तेरे मैं वट कडू ओ कंजरा तेरी मां ना मथा ला के पीती लोनी आला फट पुत चल रोटी खाइए चल चकड़ चकड़ चल जोर लाके रुड़िया रुड़िया जा वे लड्डुआ रुड़िया रुड़िया जा। वे हरजीते की चक्कर जे कट्टी जाना रोटी खा ला आके ले फड़ा थाल पा के देवा तेनू। आए हाय ना हुण इस वेले किधर नूं तंबा चक लिया। भूआ जिहड़े घर च मेरी कोई गल्ल ही नहीं सुणदा मैं उत्थे रह के की करना मेरा मरन होया पिया। हाए हाए कसमां नूं खा गए सारे काम। दस मेरा पुत की गल आ मैं सुणदी आ। बह उधर होके उतर थले मोटरसाइकिल तो। एहो जी केड़ी गल हो गई मेरा वीर जाए ना तू सवेर दा नहीं दस्या। पहला दसना सी पुत। भूआ गल की होनी सी बापू ने मेरे तो बिना पूछे मेरा रिश्ता किते होर पक्का करता। मैं उत्थे ब्याह नहीं कराउणा मैं किते होर कराउणा। वे होर किथे कराउणा वा ओ भी दस दूंगा भूआ पहला बापू नूं कह के मेरा ये रिश्ता तड़वा। ओए ओने नहीं मनना ओदा गल गल ते मच खड़ी बुड्ढी चढ़ी जबान पक्की पता नहीं की कुछ बोलदा रहिंदा है ना ओ मैथों लोट आवे ते ना तेरी भूआ तो। आवे क्यों ना लोट है, है? मैं भी उससे प्रादी पहने हैं। बस जिद्दा जिद्दा मैं कहूँ ना तुसी उद्दा उद्दा कर दे जायो फिर मैं जाना ते मेरा कम। कोई ना चल दे तड़के। दस हुण किवें करनी आ अंज चुप कीते गड्डी नहीं चलनी मैं दसदा। करना की है मैं जुबान फड़ाई बैठा मुछ दा सवाल है सारा पिंड जानदा है भी मेरी जुबान पक्की ते मुछ खड़ी। जुबाना पक्कियां तू करी चल मुंडे नु पाल दे पोस दे असी मर गए सानू किसे पड़ुए ने पुछिया ही नहीं। नहीं नहीं भैन जी सियाणा ही सी। तू तां चुप ही रह भाभी। आहो तुसीं तां जमा ही बगाना करता मैनू जदों मेरे मां जाए ने मैनू वाल वांगू कढ के बाहर सुट्टा ते तेरे ते बगानी थी ते की गुस्सा करा मैं ना जिथे मेरे सहुरियां दी रिश्तेदारी च ए हरजीते दे साग नू हां करी बैठा उन्हां नू की जवाब देवां मैं एदी मुछ जा जबान नहीं हैगी। क्यों जी क्यों है क्यों नहीं होरे दी कल्ले दी मुछ है। हां हैगी आ हैगी आ ते बोल को जी। गल सुणा मुछाड़िया मतलब जोगा सिया जे मेरा मेरी रिश्तेदारी च नक वड्या गया ना फिर आपदी भैण नू आपदे कोल ही रख ली। हां मैनू हुण इह दस तू जानना के जावे। मैं ही जानना। ओए बह जा प्रौणिया ओ थोनू आउंदिया नू देख के मैनू चा चढ़ गया सी भई रात नू दारू पीवांगे कुकड़ बनावांगे होर ही गल्लां लैके बह गए तुसी तां। कदों को बनाउणा प्रोग्राम गल सुनो क्यों मेरा हल्ट फेल करने ते तुले तुसी यार
मैनू ए है भी मेरी जुबान ते मेरी मुछ दा की बनू। बापू जे इस उम्र च भूआ किते होर तोरनी पैगी फिर तेरी जुबान पक्की बंद ते मुछ थल्ले फिर तेनू चंगा लगू। वेखिया जी मेरे हिसाब नाल गल बात की लगती है, तुसी हुण जवाब दे ही आओ। आजा बापू स्कूटर स्टार्ट है। परे हट स्कूटर दा हाल भी मेरे वर्गा ही होया पिया। ए मेरी जान नु स्यापा पाया इन्होंने। तेरा तां आलिया डोला ए ओ मास्टर जी ओ लै चलो मैनू। ओ चंगा होया तुसी मिल गए। ओ मैं इत्थों मोड़ तक ही जाना है। ओ तोर लो हुण मास्टर जी, नाले इत्थे कड़ा छेती बस आउणी है, मेरा पहुंचना बहुत जरूरी है। नाले मास्टर जी कल खूह वाली सत्त ते तुहाडी गल चलदी सी ते तुहानू बड़ा याद कीता। अपने ओ सज्जन सिंह नी ओ जिंदी अपने पिंड वाले फिरनी ते आटे दी चक्की आ, उहदे मुंडे दा किरा रिश्ता हो गया। उदो बाद किते उदो वड्डा घर मिल गया ते ओ पहला वाले जबान तो मुकर गए ते ओ दूजे थां पग ठक करती ते उदो बाद किते अमरीका वाले दा रिश्ता आ गया फिर दूजे वाले तो ही मुकर गए। हुण भाई दूजे वाले पंचायत लिया नू फिरदे आ, मैनू लगदा है ठाणो ठाणी होणगे। हां उस करके तुहाडी गल चलदी सी कि जबान होवे मास्टर जोगा सिंह वर्गी, बस जो कहता पत्थर ते लकीर आ। मास्टर जी आ बस मोड़ ते ला दो मैनू, ला दो आ ला दो मास्टर जी। हाँ जी हाँ जी मास्टर जी, बस इत्थे ही जाना सी मैं। चंगा मास्टर जी, बहुत बहुत तुहाडा धन्नवाद। मैं सारे रिश्तेदारां नूं दसदा बई साडी पाली नूं चंगा परिवार मिल गया, चंगे बंदे ने, चंगा सोहना मुंडा, रिश्ता पक्का करता। पानी मिलूगा जी पीण नूं? ਤੈਨੂੰ ਕਿਤੇ ਮੈਂ ਲੈਮਨ ਠੰਡਾ ਨਾ ਪਲਾ ਦਾ, ਦਫਾ ਹੋ ਜਾ ਜੇ ਪਲੀ ਚੋਂ ਨਾ ਜਲੇ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਜਿੰਦਰਾ ਲੱਗਾ ਪਿਆ, ਮਿੱਠਾ ਸਿੰਘ ਜੀ ਕਿੱਥੇ ਹੈ? ਉਹ ਤੇ ਟਰੱਕ ਤੇ ਸੰਗਤ ਲੈ ਕੇ ਪੌਂਟਾ ਸਾਹਿਬ ਗਏ ਹੈ। ਬਾਈ ਜੀ ਕੋਈ ਕੰਮ ਸੀ, ਕੋਈ ਸੁੱਖ ਸੁਨੇਹਾ? ਭੈਣ ਜੀ ਗੁੱਸਾ ਛੱਡ ਵੀ ਦਿਓ ਹੁਣ, ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਰੱਖੇ ਹੁੰਦੀ ਹਾਂ। ਹੱਥ ਨਾ ਲਾਏ ਮੈਨੂੰ, ਚਾਰ ਗਿੱਠਾ ਪਰਾ ਹੋ ਕੇ ਬਹਿ, ਨਾ ਮੇਰਾ ਗੁੱਸਾ ਟਾਲਾ ਹੋਵੇ ਨਾ ਮੈਂ ਕੁਝ ਖਾਵਾਂ ਪੀਵਾਂ ਜਦੋਂ ਤੱਕ ਤੇਰੇ ਵਾਲਾ ਨਾ ਜਵਾਬ ਨਹੀਂ ਦੇ ਕੇ ਆਉਂਦਾ ਉਹਨਾਂ ਨੂੰ। ਵੀਰ ਜੀ ਮੈਂ ਇੰਨਾ ਕੁਛ ਬਣਾਈ ਬੈਠੀ ਹਾਂ, ਤੁਸੀਂ ਕੁਛ ਦੱਸ ਦਿਓ, ਉਹ 'ਚੋਂ ਕੁਛ ਖਾਓਗੇ? ਕੀ ਕੁਛ ਬਣਾਇਆ? ਨਾ ਮਤਲਬ ਹੀ ਨਹੀਂ ਕੁਝ ਖਾ ਜਾਈਏ, ਸਾਡੇ ਵੱਲੋਂ ਤਾਂ ਤੁਸੀਂ ਵਰਤੀ ਸਮਝੋ। ਹਾਂ ਬਾਪੂ ਜੀ ਕੀ ਬਣਿਆ? ਹਿੰਮਤ ਨਹੀਂ ਪਈ। ਆ ਸੁਣ ਲੋ ਉਂਝ ਗੱਲ ਗੱਲ ਤੇ ਮੁੱਛ ਖੜੀ ਉਂਝ ਹਿੰਮਤ ਨਹੀਂ ਪਈ, ਮੇਰੀ ਹਿੰਮਤ ਵੇਖ ਹੁਣ ਤੂੰ ਫਿਰ। ਓ ਲੱਡੂ ਚੱਲ ਪੁੱਤਾਂ ਚੁੱਕ ਚੋਲਾ। ਓ ਬੁਆ ਕੀ ਹੋਇਆ ਤੁਹਾਨੂੰ? ਪਾਣੀ ਲੈ ਕੇ ਆਉਣਾ ਮੈਂ। ਦੇਖ ਕੀ ਹੋ ਗਿਆ, ਉਹ ਗੰਗੋ ਲੈ ਗਏ। ਦੇ ਪਾਣੀ ਲੈ, ਬੁਆ ਪਾਣੀ ਜੀ ਕਿੱਥੇ ਬੈਠਾ? ਓ ਵੀਰੇ ਪਾਣੀ ਪਾ ਦੇ, ਪਾਣੀ ਗੋਲੀ ਪਾ ਜੀ। ਸਾਰਾ ਕਸੂਰ ਮੇਰਾ ਹੀ ਹੈ, ਇਹਨਾਂ ਨੇ ਨਾ ਮੇਰੇ ਘਰ ਤੇ ਆ ਕੀਤੀ ਆ। दो दिन तो दो यार बेबे, फिर मैं तेरे को बापू को।
ਉਹ ਲੱਡੂ ਪੁੱਤ ਬੈਠ ਉੱਥੇ ਬਹਿ ਜਾ ਮੇਰੇ ਕੋਲ ਯਾਰ ਮੈਂ ਕਰਦਾ ਹੀ ਕੁਛ ਬੇਬੇ ਫਿਰ ਸਮਾਨ ਵਾਲੀ ਟਰਾਲੀ ਕਦੋਂ ਕੁ ਭੇਜੀਏ ਜਿੰਨੀ ਛੇਤੀ ਹੋ ਸਕੇ ਚੰਗਾ ਲੱਡੂ ਤੂੰ ਬੁੱਤ ਕਿਹੜੀ ਟਰਾਲੀ ਬੱਲੇ ਕਿੰਨੇ ਚਾਵਾਂ ਨਾਲ ਧੀ ਪਰਦੇ ਸੁਣਤਾਰੀ ਸੀ ਉਹ ਚੱਲ ਫਿਰ ਇੱਕ ਦਿਨ ਤਾਂ ਦਿਓ ਨਾ 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 ਭੂਆ ਇੰਨੀ ਜ਼ਾਲਮ ਨਾ ਪਾਣਾ ਅੱਜ ਦੀ ਰਾਤ ਤਾਂ ਦੇ ਦੇ ਵਿਚਾਰੇ ਬਾਪੂ ਨਾਲੇ ਸਾਡਾ ਬਾਪੂ ਜ਼ੁਬਾਨ ਵਾਲਾ ਬੰਦਾ ਭੂਆ ਕਰਦੇ ਹਾਂ ਬਣ ਕੀ ਗੱਲ ਆ ਬੇਬੇ ਦੀ ਹਾਲਤ ਦੇਖ ਸਿਰਫ ਇੱਕ ਦਿਨ ਦਿੱਤਾ ਜਵਾਬ ਹੋਣਾ ਚਾਹੀਦਾ ਹੋ ਜਾਊਗਾ ਨਹੀਂ ਤਾਂ ਫਿਰ ਆ ਬੈਠੀ ਹੂੰ ਮੈਂ ਇੱਥੇ ਫਿਰ ਨਾ ਕੋਈ ਕਵੇ ਮੈਨੂੰ ਬਿਲਕੁਲ ਨੀ ਜੇ ਮੰਨਣੀ ਮੈਂ ਕਿਸੇ ਦੀ ਲੱਗੀ ਨਾ ਤੈਨੂੰ ਵੀ ਸਮਝ ਚੱਲ ਹੀ ਖਾਣ ਪੀਣ ਲਈ ਲਿਆ ਕੁਝ ਵਿਹਲੀ ਬੈਠੀ ਹੈ ਗੱਲਾਂ ਕਰਨੀਆਂ ਸੌਖੀਆਂ ਔਖੇ ਬੋਲ ਪਕਾਉਣੇ ਮੈਂ ਪਾਈ ਤੈਂ ਬੁੱਝੀ ਇੰਨੀ ਆਖਣੀ ਰਹਿੰਦੀ ਗੁੱਝੀ ਤੈਨੂੰ ਪਤਾ ਮੈਂ ਕਿੱਥੋਂ ਬੋਲਣਾ ਤੂੰ ਪ੍ਰਾਹੁਣਿਆ ਜਿੱਥੋਂ ਮਰਜ਼ੀ ਬੋਲ ਪਰ ਮੈਂ ਜਿਹੜਾ ਸਵੇਰੇ ਕੁੜੀ ਵਾਲੇ ਨੂੰ ਨਾ ਕਰਕੇ ਆਉਣੀ ਹੈ ਉਹ ਸਲਾਹ ਦੇ ਸਲਾਹ ਉਹ ਸਲਾਹ ਯਾਰ ਦੇਖ ਜੋਗਾ ਸਿਆ ਤੈਨੂੰ ਮੈਂ ਇੱਕ ਸਲਾਹ ਦੇਵਾਂ ਹਾਂ ਹਾਂ ਬਈ ਖਾਧੀ ਪੀਤੀ ਵਾਲੇ ਬੰਦੇ ਕੋਲੋਂ ਕਦੇ ਸਲਾਹ ਨਾ ਲਓ ਜਦੋਂ ਸਲਾਹ ਲਓ ਨਾ ਤੇ ਸੋਫੀ ਬੰਦੇ ਕੋਲੋਂ ਲਓ ਸਮਝੇ ਨਾ ਤੂੰ ਦਿਨੇ ਤਾਂ ਕਹੀ ਜਾਂਦਾ ਸੀ ਵੀ ਪਹਿਲਾਂ ਦਾਰੂ ਪਿਆ ਮੀਟ ਦੀ ਤਰੀਖ ਵਾ ਫੇਰ ਸਲਾਹ ਬਾਹਰ ਆਊਗੀ ਹੁਣ ਕਹੀ ਜਾਂਦਾ ਸੋਫੀ ਬੰਦੇ ਤੋਂ ਸਲਾਹ ਲੈਣੀ ਚਾਹੀਦੀ ਹੈ ਝੂਠ ਬੋਲਿਆ ਤੈਨੂੰ ਮੈਂ ਕਿਹਾ ਕੁੱਕੜ ਕੱਕੜ ਵੜ ਲੂਗਾ ਉਹ ਗੱਲ ਸੁਣ ਮੇਰੇ ਲਈ ਯਾਰ ਰਿਹਾਈ ਸੇ ਸੁਣ ਦਿਓ ਮੈਂ ਰੋਟੀ ਨਹੀਂ ਖਾਣੀ ਉਹ ਸਲਾਹ ਦੇਣੀ ਜਿਹੜੀ ਨਾ ਮੈਂ ਸਲਾਹ ਕੀ ਹੋਇਆ ਬਾਪੂ ਹੋਣਾ ਕੀ ਹੈ ਸਲਾਹ ਲੈਣੀ ਸੀਗੀ ਕੁੜੀ ਵਾਲੇ ਨੂੰ ਨਾ ਕਰਨ ਬਾਰੇ ਆ ਪਿਆ ਲੰਮੀਆਂ ਤਾਣੀ ਸਿਆਣੇ ਕਹਿੰਦੇ ਨੇ ਜੇ ਕੋਈ ਉੜਜਾ ਕੰਮ ਲੋਟ ਨਾ ਆਵੇ ਛੋਟਿਆਂ ਦੀ ਵੀ ਰਾਇ ਲੈ ਲੈਣੀ ਚਾਹੀਦੀ ਹੈ ਨਾ ਹੁਣ ਤੂੰ ਸਲਾਹ ਦੇਵੇਂਗਾ ਮੈਨੂੰ ਹਾਂ ਚੱਲ ਦੇ ਦੱਸ ਬੋਲ ਉਹ ਬੱਲੇ ਉਹ ਪੁੱਤਰਾ ਆ ਤਾਂ ਯਾਰ ਕਮਾਲਾਂ ਕਰਤੀਆਂ ਓਏ ਮੈਂ ਤਾਂ ਤੈਨੂੰ ਦਵਾਨੀ ਵਾਲਾ ਪੜਾਕਾ ਸਮਝਦਾ ਸੀ ਤੂੰ ਤਾਂ ਬੰਬ ਨਿਕਲਿਆ ਮੁੰਡਿਆ ਪੈ ਜਾ ਪ੍ਰਾਹੁਣਿਆ ਓਏ ਪੁੱਤਰਾ ਕਿਆ ਤੂੰ ਯਾਰ ਰੇਖ ਚ ਮੇਖ ਮਾਰੀ ਹੈ ਸਾਰਾ ਬੋਝ ਹੀ ਲਾਤਾ ਅੱਜ ਸੌਂ ਸੁੱਕਦੀ ਨੀਂਦ ਮੇਖ ਵਾਂਗੂ ਤਾਂ ਪਾਲੀ ਕੱਢੀ ਪਈ ਹੈ ਮੇਰੇ ਦਿਲ ਚ ਬੀਬੀ ਇਹ ਕੌਣ ਨੇ ਪਹਿਲਾਂ ਤਾਂ ਕਦੀ ਦੇਖੇ ਨਹੀਂ ਮੈਂ ਕੁਛ ਨਹੀਂ ਆਪਣੇ ਤੂੰ ਜਾ ਕੇ ਚਾਹ ਫੜਾਇਆ ਸਿਰ ਢੱਕ ਲਾ ਤੇ ਨਾਲੇ ਸਤਿ ਸ਼੍ਰੀ ਅਕਾਲ ਬੁਲਾ ਦੀ ਚੰਗਾ ਹੋਇਆ ਬੀਬੀ ਤੂੰ ਮੈਨੂੰ ਦੱਸਦਾ ਨਹੀਂ ਤਾਂ ਮੈਂ ਜਾਂਦੀ ਨਾ ਗੱਲ ਕੱਢਣੀ ਸੀ ਫੜੇ ਮੂੰਹ ਤੇਰੇ ਕਮਰੇ ਕਿਸੇ ਥਾਂ ਦੀ ਤੂੰ ਨਾ ਆ ਜਾਈਂ ਅੱਛਾ ਚਾਹ ਫੜਾ ਕੇ ਨਾ ਅੰਦਰ ਜਾ ਕੇ ਕੱਪੜੇ ਸਾਂਭ ਲਈ ਠੀਕ ਹੈ ਆ ਜਾ ਪੁੱਤ ਆ ਜਾ ਲਿਆ ਚਾਹ ਇਹਦੀ ਕੀ ਲੋੜ ਸੀ ਜੀ ਤੁਸੀਂ ਮੂਹਰੋਂ ਚੱਕ ਤਾਂ ਲੈਣੀ ਹੈ ਆਏ ਕਿਵੇਂ ਚੱਕ ਲੈਣੀ ਹੈ ਮੈਂ ਗੱਲ ਹੀ ਇਹੋ ਜੀ ਕਰਨੀ ਹੈ ਸਤਿ ਸ੍ਰੀ ਅਕਾਲ ਪੁੱਤ ਇਹ ਇਹ ਗੁੱਡੀ ਇਹੀ ਕੁੜੀ ਹੈ ਜੀ ਮਾੜੇ ਭਾਗ ਮੇਰੇ ਮੁੰਡੇ ਤੇ ਮੂਰਤ ਵਰਗੀ ਕੁੜੀ ਹੱਥੋਂ ਕੱਢ ਲਈ ਬਾਂਦਰ ਨੇ ਤੁਸੀਂ ਕੁਛ ਕਿਹਾ ਜੀ ਨਹੀਂ ਜੀ ਨਹੀਂ ਖਾਣ ਪੀਣ ਤੋਂ ਪਹਿਲਾਂ ਰੱਬ ਦਾ ਨਾਂ ਲੈ ਲਈਦਾ ਚੰਗੀ ਗੱਲ ਹੈ ਜੀ ਚੰਗੀ ਗੱਲ ਹੈ ਇੱਕ ਗੱਲ ਦੱਸੋ ਜੀ ਮੈਨੂੰ ਕੋਈ ਮਾਂ ਬਾਪ ਆਪਦੀ ਗਊ ਵਰਗੀ ਧੀ ਨੂੰ ਭਲਾ ਕੋਈ ਖੂਹ ਚ ਧੱਕਾ ਦੇਊਗਾ ਨਾ ਜੀ ਨਾ ਫਿਰ ਮਾਪੇ ਕਾਹਦੇ ਹੋਏ ਉਹ ਤਾਂ ਕਸਾਈ ਹੋਏ ਹਾਂ ਸਾਰੇ ਮਾਪੇ ਇਹੀ ਚਾਹੁੰਦੇ ਆ ਜੀ ਕਿ ਆਪਣੀ ਧੀ ਵੱਲੋਂ ਉਹਨਾਂ ਨੂੰ ਠੰਡੜੀ ਹਵਾ ਆਵੇ ਬਿਲਕੁਲ ਬਿਲਕੁਲ ਅਜੇ ਤੱਕ ਤਾਂ ਕੰਮ ਠੰਡਾ ਹੀ ਹੈ ਫਿਰ ਤੁਸੀਂ ਵੀ ਚਾਹੁੰਦੇ ਹੋਵੋਗੇ ਬਿਨਾਂ ਸ਼ੱਕ ਮੇਰਾ ਮੁੰਡਾ ਪਲਿਆ ਭੂਆ ਕੋਲੇ ਇਹ ਤੁਹਾਨੂੰ ਵੀ ਪਤਾ ਹੈ ਮੇਰੀਆਂ ਅੱਖਾਂ ਤੋਂ ਓਹਲੇ ਸੀ ਮੈਨੂੰ ਨਹੀਂ ਲੱਗਿਆ ਪਤਾ ਮੁੰਡਾ ਮੇਰਾ ਇੱਕ ਨੰਬਰ ਦਾ ਲੋਫਰ ਹੈ ਨਸ਼ੇ ਪੱਤੇ ਕਰਦਾ ਜੂਆ ਖੇਡਦਾ ਸਾਰੀ ਸਾਰੀ ਰਾਤ ਘਰੇ ਨਹੀਂ ਵੜਦਾ
ਮੈਨੂੰ ਤਾਂ ਉਹਦਾ ਕਿਸੇ ਕੁੜੀ ਨਾਲ ਵੀ ਚੱਕਰ ਲੱਗਦਾ, ਮੈਂ ਕਿਵੇਂ ਦੱਸਾਂ? ਮੈਂ ਉਹਨਾਂ 'ਚੋਂ ਨਹੀਂ ਜਿਨ੍ਹਾਂ ਦਾ ਮੁੰਡਾ ਵਿਗੜ ਜੇ ਤਾਂ ਉਹ ਕਹਿੰਦੇ ਆ ਵੀ ਇਹਨੂੰ ਵਿਆਹ ਦਿਓ ਸੁਧਰ ਜੂਗਾ ਨਾ। ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਜੀ। ਮੈਂ ਜਿਹੜੀ ਗੱਲ ਕਹਿਣੀ ਸੀ ਕਹਿਤੀ, ਬਸ ਆਪਦੀ ਕੁੜੀ ਦਾ ਰਿਸ਼ਤਾ ਮੇਰੇ ਮੁੰਡੇ ਨੂੰ ਨਾ ਕਰੇ। ਹਾਂ ਇਹ ਕੀ ਮਜ਼ਾਕ ਹੈ ਜੀ? ਮਜ਼ਾਕ ਨਹੀਂ ਜੀ, ਸੱਚਾਈ ਹੈ। ਜੇ ਤੁਸੀਂ ਫਿਰ ਵੀ ਰਿਸ਼ਤਾ ਕਰਨਾ ਹੈ ਤਾਂ ਤੁਹਾਡੀ ਮਰਜ਼ੀ, ਕਰ ਦਿਓ। ਹਾਂ ਮੈਂ ਜਿਹੜੀ ਜ਼ੁਬਾਨ ਕੀਤੀ ਸੀ, ਮੈਂ ਜ਼ੁਬਾਨ ਦਾ ਪੱਕਾ ਹੈ ਤੇ ਮੁੱਛ ਖੜੀ ਹੈ। ਹਾਂ ਫੈਸਲਾ ਤੁਹਾਡੇ ਹੱਥ ਹੈ। ਫੈਸਲਾ ਤਾਂ ਤੁਸੀਂ ਸੁਣਾਈ ਦਿੱਤਾ, ਧੰਨਵਾਦ। ਹਲੇ ਡੁੱਲੇ ਬੇਰਾਂ ਦਾ ਕੁਛ ਬਹੁਤਾ ਵਿਗੜਿਆ ਨਹੀਂ ਸੀ, ਸ਼ੁਕਰ ਆ ਰੱਬ ਦਾ, ਗੱਲ ਬਾਹਲੀ ਵਧੀ ਨਹੀਂ ਸੀ ਹੋਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੱਲ ਓਨੀ ਵੀ ਨਹੀਂ ਵਧੀ ਜਿੰਨੀ ਮੈਂ ਸੋਚੀ। ਮੇਰੇ ਹਿਸਾਬ ਨਾਲ ਤੁਸੀਂ ਕੁਛ ਕਿਹਾ ਜੀ? ਨਹੀਂ ਨਹੀਂ ਜੀ, ਤੁਰਨ ਤੋਂ ਪਹਿਲਾਂ ਵੀ ਰੱਬ ਦਾ ਨਾਂ ਲੈ ਲਈਦਾ ਜੀ। ਬਚ ਗਏ ਬਚ ਗਏ। ਬੜਾ ਟਾਈਮ ਲਾਤਾ। ਵਾਹ ਬਈ, ਕਿਆ ਮੋਰਚਾ ਬੰਦੀ ਕੀਤੀ ਹੈ! ਓਏ ਖਾਲੀ ਹੱਥ ਬੈਠੇ ਹੋ, ਕੋਈ ਆਪਣੇ ਹੱਥ 'ਚ ਡੰਡਾ ਫੜੋ, ਕਿਰਪਾਨ ਫੜੋ, ਕੋਈ ਮੇਰੇ ਗਿੱਟੇ ਛਾਂਗੋ, ਗੋਡੇ ਭੰਨੋ, ਧੌਣ ਵੱਢੋ ਮੇਰੀ। ਕਿਉਂ ਬਾਪੂ, ਮੇਰੇ ਵਾਲਾ ਫਾਰਮੂਲਾ ਕੰਮ ਨਹੀਂ ਆਇਆ? ਇੱਥੇ ਮੇਰੀ ਤੁਸੀਂ ਮੌਲਾ ਮੌਲਾ ਕਰਾਈ ਪਈ ਸੀ, ਉੱਥੇ ਮੇਰੀ ਕੁੜੀ ਵਾਲਿਆਂ ਮੂਹਰੇ ਅੱਲਾ ਅੱਲਾ ਹੋਈ ਪਈ ਸੀ। ਓਏ ਪੁੱਤਰਾ, ਓਏ ਤੇਰਾ ਹੀ ਫਾਰਮੂਲਾ ਕੰਮ ਆਇਆ! ਇਹਦਾ ਮਤਲਬ ਨਾ ਹੋ ਗਈ? ਉਹ ਮੈਂ ਕਿਹਾ ਤੂੰ ਨਾਂ ਦੀ ਗੱਲ ਕਰਦਾ, ਨੁੱਕਰ ਵੀ ਹੋ ਗਈ। ਬੱਲੇ ਭੂਆ, ਜਲਦੀ ਰਹਿ, ਬਣਾਤੀ ਗੱਲ। ਹਾਂ ਵੀ ਪ੍ਰਾਹੁਣਿਆ, ਤੂੰ ਦੱਸ ਵੀ ਕਿਹੜਾ ਰਿਸ਼ਤਾ ਪੱਕਾ ਕੀਤਾ ਸੀ? ਲਿਆ ਦਿਖਾ, ਕਿਹੜੀ ਕੁੜੀ ਹੈ, ਕਿੱਥੋਂ ਦੇ ਬੰਦੇ ਹੈ, ਕਿਹੜਾ ਪਿੰਡ ਹੈ, ਜ਼ਮੀਨ ਕਿੰਨੀ ਹੈ, ਦਿਖਾ ਕੁੜੀ ਦੀ ਫੋਟੋ, ਕਰੀਏ ਮੁੰਡੇ ਦਾ ਵਿਆਹ। ਤੁਸੀਂ ਵੀ ਕਿਹੜੀ ਪੁੱਛਗਿੱਛ ਲੈ ਕੇ ਬਹਿ ਗਏ ਹੋ? ਇਹਨਾਂ ਨੇ ਜਿਹੜਾ ਸੋਚਿਆ ਹੋਣਾ ਠੀਕ ਠਾਕ ਹੀ ਸੋਚਿਆ ਹੋਣਾ। ਆਪਾਂ ਇਹਨਾਂ ਦੇ ਨਾਲ ਚੱਲਦੇ ਆ, ਕੁੜੀ ਨੂੰ ਝੱਟ ਮੰਗਣੀ ਪੱਟ ਵਿਆਹ ਵਾਲੀ ਗੱਲ ਕਰਕੇ ਘਰੇ ਲਿਆਉਂਦੇ ਆ ਚੁੰਨੀ ਚੜਾ ਕੇ। ਬਸ ਕਿਹੜਾ ਰਿਸ਼ਤਾ, ਕਿੰਨੀ ਜ਼ਮੀਨ, ਕਕੂਆ, ਕਿਹੜੀ ਕੁੜੀ ਤਾਂ ਨਾ ਗੱਲ ਬੋਲ। ਭਰਜਾਈ ਤੂੰ ਕੀ 99 ਦਾ ਚੱਕਰ ਪਾ ਕੇ ਬਹਿ ਗਈ ਆ? ਦੋ ਦਿਨ ਹੋ ਗਏ ਤੇਰੇ ਚੌਂਕੇ ਬੈਠੀ ਨੂੰ, ਹੈ ਉਧਰ ਮੇਰਾ ਡੰਗਰ ਵੱਛਾ ਭੁੱਖਾ ਬੱਧਾ, ਮੈਨੂੰ ਸਾਰਾ ਪਿੰਡ ਸਰਪੰਚਣੀ ਬਣਾਉਣ ਨੂੰ ਫਿਰਦਾ, ਉੱਥੇ ਮੈਂ ਸਰਪੰਚਣੀ ਬਣਨਾ? ਤੂੰ ਕੀ ਗੱਲਾਂ ਮਾਰੀ ਜਾਨੀ, ਕੁੜੀ ਵੇਖਣ ਜਾਣਾ, ਫੇਰ ਕਰਾਂਗੇ ਕੰਮ ਦੀਆਂ ਗੱਲਾਂ। ਆ ਜੀ ਕੇਰਾ, ਤੂੰ ਵੀ ਬਾਪੂਆ ਤੋਰੋ ਫਿਰਤੀ ਪੈਣ ਬਾਹਰ ਸੈਲਫ ਹੈ। ਕੁੜੀਏ ਹੁਣ ਤਾਂ ਸਾਰਾ ਕੁੱਤੀ ਕਚੀਰਾ ਨਿਬੜਿਆ ਸੀ, ਹੁਣ ਰਹਿ ਪੈਂਦੇ, ਮੁੜ ਕੇ ਮਾਰਦੇ ਕਿਹੜਾ, ਪਿੰਡ ਕੰਮ ਬਹੁਤ ਹੈ, ਚਲੋ 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 ਚਲ ਚਲ ਚਲ। ਫੇਰ ਉਹੀ ਗੱਲਾਂ ਫੇਰ ਮਾਰਦੇ ਕਿਹੜਾ, ਭਜੂ ਭਜੂ ਕਰੀ ਜਾਂਦੇ ਆ। ਹੈਂ ਪਾਲੀ ਦੀ ਫੋਟੋ ਇੱਥੇ ਕਿਵੇਂ ਬੇਬੇ? ਆ ਫੋਟੋ, ਓ ਹੋ ਤੇਰੇ ਪਿਓ ਦਾ ਵੀ ਨਾ ਸਰਿਆ ਪਿਆ। ਕੁੜੀ ਵਾਲਿਆਂ ਨੇ ਜਵਾਬ ਤਾਂ ਦਿਆ ਆ, ਫੋਟੋ ਨੀ ਮੋੜ ਕੇ ਆਇਆ, ਫੜਾ ਇੱਧਰ ਚੁੱਲ੍ਹੇ 'ਚ ਡਾ ਕੇ ਆਵਾਂ। ਸਾਰੇ ਸਿਆਪਾ ਤਾਂ ਇਹਦਾ ਚੁੱਲ੍ਹੇ 'ਚ ਡਾ ਦੇਣ ਅੱਜ ਮੈਂ, ਦੇਖਦਾ ਜਾਈ। ਜੀਤ ਕਰਦਾ ਘੋਟਣਾ ਮਾਰ ਕੇ ਨਾ ਤੇਰੇ ਸਿਰ 'ਚ ਵਧਾਉਣੀ ਚੀਰਾ ਪਾ ਦਿਆ, ਤੇਰਾ ਤੇ ਉਹ ਹਾਲ ਹੋ ਗਿਆ, ਮਰ ਜਾ ਚਿੜੀਓ ਜੀਪੋ ਚਿੜੀਓ। ਵੈਸੇ ਬੇਬੇ ਆ ਗੱਲ ਵੀ ਉਰੀ ਬਣੀ ਹੂ ਨਾ, ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ। ਕਰਾਵਾਂ ਤੈਨੂੰ ਵਿੱਚ ਨੰਬਰਦਾਰੀ, ਚੱਲ ਅੰਦਰ ਪੜੋ, ਲੈ ਜਿਆ ਨਾ ਹੋਵੇ ਤੇ। ਬੇਬੇ ਗਿਆ ਤਾਂ ਤੇਰੇ ਧੀਆਂ ਜਾਣਾ ਕਰੀ ਤੂੰ, ਐ ਟੁੱਟਾ ਛਤਰੰਗ ਵਾਦਾ ਜਾਣਾ। ਓ ਭਾਈ ਧਨਕੁਰੇ, ਜੇ ਤੁਹਾਡੇ ਘਰ ਦਾ ਮਸਲਾ ਹੱਲ ਹੋ ਗਿਆ ਹੋਵੇ ਤਾਂ ਆਪਾਂ ਸਰਪੰਚੀ ਦਾ ਹੀ ਮਸਲਾ ਹੱਲ ਕਰ ਲਈਏ। ਆਏ ਬਾਈ ਜੀ,
ਪੂਆ ਸਾਹਮਣੇ ਨਾ ਆਈ ਮੇਰੇ ਮੈਂ ਤੈਨੂੰ ਦੱਸਾਂ ਸਤਿ ਸ਼੍ਰੀ ਅਕਾਲ ਜੀ ਚਾਚੀ ਲੱਡੂਆਂ ਦੀ ਤਿਆਰੀ ਕਰ ਅੱਧੇ ਤੋਂ ਜ਼ਿਆਦਾ ਪਿੰਡ ਦੀ ਸਹਿਮਤੀ ਤੇਰੇ ਨਾਲ ਹੈ ਹੋਰ ਕੀ ਚਾਚੀ ਪਰਸੋਂ ਪਾ ਕੇ ਸਰਪੰਚੀ ਦੇ ਹਾਰ ਤੇ ਵਜਾ ਦੇਣੇ ਆ ਢੋਲ ਬੜੀ ਮਿਹਰਬਾਨੀ ਭਾਈ ਪਰ ਕਈ ਵਾਰੀ ਢੋਲ ਦਾ ਪੁੜਾ ਪਾੜਦਿਆਂ ਪਤਾ ਨਹੀਂ ਲੱਗਦਾ ਮੇਰੇ ਅੰਦਰ ਤੇ ਸਰਪੰਚੀ ਦੇ ਕੀੜੇ ਹੀ ਆ ਪਰੰਬੋ ਦੇ ਅੰਦਰ ਐਡੇ ਐਡੇ ਮਲੱਪ ਚੱਲੇ ਪਏ ਆ ਛੇਤੀ ਕੀਤੇ ਮੈਦਾਨ ਛੱਡਣ ਵਾਲੀ ਨਹੀਂ ਉਹ ਮੈਦਾਨ ਤਾਂ ਨਹੀਂ ਛੱਡਦੀ ਤੇ ਦੁਨੀਆਂ ਭਾਵੇਂ ਛੱਡ ਜੇ ਮੈਂ ਤਾਂ ਸਰਪੰਚ ਨਹੀਂ ਆ ਤੁਹਾਡੇ ਪੱਖ ਦੀ ਗੱਲ ਹੀ ਕੀਤੀ ਆ ਉਹ ਕੁਝ ਨਹੀਂ ਅਮਲੀਆ ਤੈਨੂੰ ਨਹੀਂ ਕਿਹਾ ਆ ਮੁੰਡੇ ਨੂੰ ਘੂਰ ਦਿੱਤੀ ਆ ਮਾੜੀ ਜੀ ਉਹ ਹਰਜੀਤ ਚੱਲ ਪੁੱਤ ਤੂੰ ਬਾਅਦ ਚ ਕਰਦੇ ਗੱਲ ਆਪਾਂ ਅੱਛਾ ਤੂੰ ਜੀ ਕੁੜੇ ਧੰਨ ਕੁੜੇ ਤੇਰਾ ਤਾਂ ਸਰਪੰਚੀ ਵਾਲਾ ਝੰਡਾ ਗੱਡਿਆ ਪਿਆ ਬਸ ਤੂੰ ਨਾ ਕਿਸੇ ਕੋਲੋਂ ਪੱਲਾ ਛੜਾ ਲਈ ਆਊਗੀ ਤੇਰੇ ਕੋਲ ਮਿੱਠੇ ਪੋਚੇ ਮਾਰਨ ਲੈ ਬਾਬਾ ਜੀ ਇਹ ਕਿਵੇਂ ਹੋ ਸਕਦਾ ਅਖੇ ਸੁੱਖਾਂ ਸੁੱਖ ਦੀ ਨੂੰ ਆ ਦੇਣੇ ਆਏ ਮੈਂ ਨਹੀਂ ਆਉਂਦੀ ਕਿਸੇ ਦੀ ਗੱਲ ਚ ਬੇਫਿਕਰ ਰਹੋ ਤੁਸੀਂ ਉਹ ਮੈਥੋਂ ਤਾਂ ਪਹਿਲਾਂ ਹੀ ਵਧਾਈਆਂ ਲੈ ਵੀ ਲਓ ਤੇ ਵਧਾਈਆਂ ਦੇ ਵੀ ਦਿਓ ਤੇ ਮੈਂ ਤਾਂ ਜਾ ਕੇ ਆਪਦਾ ਕਰਾਂ ਵਸੀਲਾ ਓਏ ਅਮਲੀਆ ਤੂੰ ਪਿੰਡ ਚ ਰਹਿਣਾ ਕਿ ਨਹੀਂ ਰਹਿਣਾ ਰਹਿਣਾ ਭਾਈ ਰਹਿਣਾ ਚੰਗਾ ਜੀ ਸੱਚੜੀ ਦਾ ਚੰਗਾ ਵੀ ਹੁਣ ਤੁਹਾਡੇ ਤੇ ਡੋਰੀਆਂ ਭਰਾਓ ਸਿਕਾ ਆ ਬਈ ਆਓ ਸਿਕਾ ਪਾਓ ਤੁਸੀਂ ਮੱਝਾਂ ਨੂੰ ਦਾਣਾ ਦੁੱਧ ਚੋਲ ਲਈਏ ਮੈਂ ਬਾਲਟੀ ਲੈ ਕੇ ਆਈ ਪੂਆ ਵੀਰੇ ਕਦੇ ਤੰਦੂਰ ਚ ਫਸਿਆ ਕੁੱਤਾ ਦੇਖੀਏ ਓਏ ਹਾਏ ਮਾਰਦਾ ਓਏ ਵੈਸੇ ਬਾਪੂ ਤੈਨੂੰ ਕੀ ਲੱਗਦਾ ਬਣੂ ਗੱਲ ਚੁੱਪ ਕਰਕੇ ਰੋਟੀ ਖਾ ਵੈਸੇ ਬਾਪੂ ਇੱਕ ਗੱਲ ਹੈ ਜੇ ਹਰਜੀਤ ਵੀਰੇ ਦੀ ਥਾਂ ਤੇ ਮੈਂ ਹੁੰਦਾ ਨਾ ਤੇ ਤੁਸੀਂ ਮੈਨੂੰ ਕੁੜੀ ਦੀ ਫੋਟੋ ਦਿਖਾਈ ਹੁੰਦੀ ਮੈਂ ਤਾਂ ਝੱਟ ਫੜ ਦੇਣੀ ਸੀ ਆਪਣੇ ਦੋਨੇ ਬਗਾਨੀ ਦੀ ਚਲਾ ਚਲਾ ਕੇ ਵੱਜਦੀ ਹਨਾ ਬੇਬੇ ਕਰਾਵਾਂ ਤੇਰੇ ਆਨੰਦ ਕਾਰਜ ਐਡੀ ਵੀ ਵੈਸੇ ਕੀ ਕਾਲੀ ਹੈ ਕੀ ਕਿਹਾ ਅਬ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਖਾਧੀ ਨਹੀਂ ਰੋਟੀ ਤੂੰ ਕਿਆ ਓਏ ਉਹਨੂੰ ਭੁੱਖ ਨਹੀਂ ਦੁੱਖ ਹੈ ਭੁੱਖ ਸਾਰਾ ਕੁਝ ਭੁਲਾ ਦਿੰਦੀ ਆ ਜਦੋਂ ਲੱਗੀ ਨਾ ਬੱਬਰ ਨੂੰ ਆਪੇ ਖਾਊਗਾ ਆ ਪਈਆਂ ਹਰਜੀਤ ਉਹ ਹਰਜੀਤ ਤੇ ਵੀਰੇ ਰੋਟੀ ਦਾ ਖਾ ਲਾ ਪਾਈ ਪਈ ਯਾਰ ਉਹ ਗਲਤ ਸੋਣਾ ਤੂੰ ਚੁੱਪ ਨਹੀਂ ਸੀ ਰਹਿ ਸਕਦੀ ਕੁਝ ਨਹੀਂ ਹੁੰਦਾ ਹੁਣੇ ਆਇਆ ਖਲੋਤਾ ਗਿਆਨੀ ਪਿੱਛੇ ਮੁੜ ਆਇਆ ਮਿਰਜਿਆ ਵੇਖਾਂ ਕਿੱਦਾਂ ਤਖਤੇ ਭੰਨਦਾ ਇੱਕ ਮੈਨੂੰ ਸਰਪੰਚੀ ਦਾ ਬੋਝ ਆ ਉੱਤੋਂ ਇਹਨੇ ਲਿਆ ਕੇ ਆਪਣਾ ਗੱਡਾ ਫਸਾਤਾ ਵਿੱਚ ਸਮਝ ਨਹੀਂ ਲੱਗਦੀ ਕੀ ਕਰਾਂ ਜੇ ਤੁਹਾਡੇ ਤੋਂ ਨਹੀਂ ਕੁਛ ਹੁੰਦਾ ਫਿਰ ਮੈਂ ਲੱਭਾਂ ਕੁਛ ਸਕੀਮ ਦੇਵਾਂ ਤੈਨੂੰ ਸਰਪੰਚੀ ਸਰਪੰਚੀ ਤਾਂ ਮੈਂ ਲੈਣੀ ਹੀ ਲੈਣੀ ਹੈ ਇਹਦੇ 'ਚ ਮੇਰਾ ਕੋਈ ਲਾਲਚ ਨਹੀਂ ਮੈਂ ਧੰਨ ਕੌਰ ਨਾਲੋਂ ਉਮਰ 'ਚ ਵੀ ਸਿਆਣੀ ਹਾਂ ਅਤੇ ਪਿੰਡ ਦੇ ਹਿੱਤ 'ਚ ਸੋਚਦੀ ਵੀ ਸਭ ਨਾਲੋਂ ਵੱਧ ਹਾਂ ਹੁਣ ਤੁਸੀਂ ਸਾਰੇ ਲੋਕ ਕਹਿੰਦੇ ਹੋ ਕਿ ਅੱਧੇ ਤੋਂ ਵੱਧ ਪਿੰਡ
ਧਨਕੌਰ ਨੂੰ ਸਹਿਮਤੀ ਦੇਣ ਲਈ ਫਿਰਦਾ। ਸਾਡੀ ਤਾਂ ਸਹਿਮਤੀ ਤੁਹਾਡੇ ਨਾਲ ਹੀ ਅੰਬੋ, ਪਰ ਅਸੀਂ ਤਾਂ ਜੋ ਪਿੰਡ 'ਚ ਸੁਣਿਆ ਉਹੀ ਤੁਹਾਨੂੰ ਦੱਸਿਆ। ਅੰਬੋ, ਇੱਕ ਤਾਂ ਆਪਣੇ ਪਿੰਡ ਵਿੱਚ ਸਰਪੰਚੀ ਦੀ ਚੋਣ ਸਰਬਸੰਮਤੀ ਨਾਲ ਹੁੰਦੀ ਆ, ਤੇ ਜੇ ਕਿਤੇ ਵੋਟਾਂ ਪੈਂਦੀਆਂ ਹੁੰਦੀਆਂ ਫਿਰ ਆਪਾਂ ਕੋਈ ਖੇਡ ਖੇਡ ਦਿੰਦੇ। ਬਈ ਪਿੰਡ ਵਾਲੇ ਚਾਹੇ ਕੁਛ ਵੀ ਕਹਿਣ, ਸਾਡੀ ਅੰਬੋ ਦੀ ਜਿੱਤ ਤਾਂ ਪੱਟੀ ਆ। ਬਾਕੀ ਜਿਵੇਂ ਕਹਿੰਦੇ ਹੁੰਦੇ ਆ, ਅੱਗੇ ਤੇਰੇ ਭਾਗ ਲੱਛੀਏ। ਐਡੀ ਵੀ ਕੋਈ ਗੱਲ ਨਹੀਂ, ਦੇਖਦੇ ਹਾਂ ਲੱਛੀ ਦੇ ਭਾਗ ਕੀ ਕਹਿੰਦੇ ਨੇ। ਜੇ ਹੋਊਗੀ ਕਰਮਚ ਸਰਪੰਚੀ ਤਾਂ ਕੋਈ ਮਾਈ ਦਾ ਲਾਲ ਖੋ ਵੀ ਨਹੀਂ ਸਕਦਾ। ਰੱਬ ਕਰੇ ਮਿਹਰ, ਹੋ ਲੈਣ ਦਿਓ ਸਵੇਰ। ਉੱਥੇ ਰੱਖੀਏ ਚੌਂਕੇ ਚ ਬਣਾ ਕੇ, ਪੀ ਲਾ। ਚੰਗਾ ਪੀ ਲੈਣਾ। ਨਾਲੇ ਇਹਨੂੰ ਠਾ ਵੱਡੇ ਨੂੰ ਵੀ, ਉਹਨੂੰ ਵੀ ਕਹਿ ਚਾਹ ਪੀ ਲੈ। ਨਾਲੇ ਦੋਵੇਂ ਭਰਾ ਜਾ ਕੇ ਨਾ ਆਪਣੇ ਪਿਓ ਦੀ ਵੀ ਚਾਹ ਦੇ ਕੇ ਆਓ। ਸੁਦੇਹਾਂ ਦਾ ਗਿਆ ਉਹ, ਪਾਣੀ ਦੀ ਵਾਰੀ ਅੱਜ ਆਪਣੀ। ਚੰਗਾ। ਬੇਬੇ, ਵੀਰਾ ਤਾਂ ਕਮਰੇ ਚ ਭੋਰਾ ਵੀ ਹੈ ਨੀ। ਹੈ ਹੈ ਨੀ? ਲੈ, ਉਹਦਾ ਮੋਟਰਸਾਈਕਲ ਵੀ ਨਹੀਂ ਹੈਗਾ ਇੱਥੇ, ਨਾ ਚਾਹ ਨਾ ਪਾਣੀ। ਬਿਨਾਂ ਦੱਸਿਆ ਕਿੱਥੇ ਚਲਾ ਗਿਆ? ਅੱਗੇ ਤਾਂ ਕਦੀ ਮੈਨੂੰ ਬਿਨਾਂ ਪੁੱਛਿਆ ਕਿਤੇ ਗਿਆ ਨਹੀਂ। ਬੇਬੇ, ਰਾਤ ਕੁੜੀ ਵਾਲੀ ਗੱਲ ਤੋਂ ਮੂੰਹ ਜਾ ਵੱਟੀ ਫਿਰਦਾ ਸੀ, ਕਿਤੇ ਗੁੱਸੇ ਜਾ ਕੇ ਮਿਸਤਰੀਆਂ ਦੇ ਮੁੰਡੇ ਵਾਂਗੂ ਉਨੀ ਕਿਨਾ ਕਰ ਜੇ। ਕਿਹੋ ਜੀ ਭਾਖਿਆ ਕਰਦਾ ਸਵੇਰੇ ਸਵੇਰੇ, ਕੋ ਚੱਜ ਦੇ ਬੋਲ ਕੱਢ ਲਾ ਮੂੰਹੋਂ। ਕੁੱਤਾ ਡਿੱਗ ਪਿਆ ਖੂਹ ਚ, ਉਹਨੂੰ ਬਾਹਰ ਕੱਢਣਾ। ਰੱਖ ਲੈਣਾ, ਐ ਤਾਂ ਦੱਸ ਹਰਜੀਤ ਖੇਤ ਨੀ ਆਇਆ। ਓਏ ਉਹ ਨਹੀਂ ਆਇਆ, ਮੇਰੀ ਰੋਟੀ ਭੇਜਦੀ ਨਾਲੇ ਚਾਹ ਭੇਜਦੀ ਖੇਤ। ਰੋਟੀ ਦੀ ਲੱਗੀ ਰਹਿੰਦੀ, ਪਤਾ ਨੀ ਕਿੱਥੇ ਗਿਆ ਹੋਣਾ। ਵੇ ਹਰਜੀਤ, ਕਿੱਥੇ ਗਿਆ ਸਾ ਸਵੇਰੇ ਸਵੇਰੇ, ਉਹ ਵੀ ਮੈਨੂੰ ਬਿਨਾਂ ਦੱਸਿਆ। ਪੈਰੀ ਪੈਣੀ ਅੰਬੋ, ਜ਼ਿਆਦਾ ਪੈਰੀ ਪੈ ਜਾ ਜਾਂ ਮੁੰਡੇ ਦੇ ਗੱਲ ਪੈ ਜਾ। ਰੇਲ ਦੀ ਪੱਟੀ ਤੇ ਪਿਆ ਸੀ, ਛਿੰਨੇ ਦੀ ਨਿਗਾਹ ਪੈ ਗਈ ਇਹਨੂੰ, ਤੂੰ ਘੜੀਸ ਕੇ ਲੈ ਕੇ ਆਇਆ। ਮੁੰਡੇ ਨੇ ਮੇਰੇ ਕੋਲੇ ਸਾਰਾ ਰੋਣਾ ਰੋਤਾ, ਹੁਣ ਕੋਈ ਗੱਲ ਨਹੀਂ ਜਿਹੜੀ ਮੈਂ ਤੋਂ ਲੁਕੀ ਛਿਪੀ ਹੋਵੇ ਨਾ। ਭਾਈ, ਕਿਉਂ ਤੁਸੀਂ ਜਵਾਨ ਮੁੰਡੇ ਨੂੰ ਹੱਥੋਂ ਗਾਉਣਾ ਮੇਰੇ ਹੁੰਦੇ? ਕਿੱਡਾ ਵੱਡਾ ਕੰਮ ਹੈ ਨਹੀਂ, ਜੇ ਮੈਂ ਕੁੜੀ ਦੇ ਪਿਓ ਨੂੰ ਜਾ ਕੇ ਕਹਾਂ ਉਹਦੀ ਕੀ ਮਜਾਲ, ਮੇਰਾ ਕਿਹਾ ਮੋੜ ਦੇ। ਬਾਕੀ ਭਾਈ, ਤੁਸੀਂ ਆਪਣੀ ਫੋਕੀ ਹੈਂਕੜ ਪਿੱਛੇ ਮੁੰਡੇ ਦੀ ਬਲੀ ਦੇਣੀ ਹੈ, ਤੁਹਾਡੀ ਮਰਜ਼ੀ। ਆਏ ਕੀ ਝਾਕਦੀ ਹੈ ਮੁੰਡੇ ਕੰਨੀ, ਮਾਰਨਾ ਤਾਂ ਨਹੀਂ? ਆ ਬੈਠ ਮੇਰੇ ਕੋਲੇ, ਆ ਜਾ। ਮੈਂ ਜਦੋਂ ਗੱਲ ਸੁਣੀ ਕੁੜੇ ਮੈਨੂੰ ਤਾਂ ਚਾਹ ਚੜ੍ਹ ਗਿਆ। ਮੈਂ ਕਿਹਾ ਮੈਂ ਤੇ ਧਨਕੁਰ ਮਾਵਾਂ ਧੀਆਂ ਵਾਂਗੂ ਵਰਤਦੀਆਂ ਸੀ, ਹੁਣ ਸਾਡੀ ਰਿਸ਼ਤੇਦਾਰੀ ਹੋ ਜੂਗੀ, ਦੋ ਘਰ ਇਕੱਠੇ ਹੋ ਜਾਣਗੇ, ਨਾਲੇ ਸਰਪੰਚੀ ਵੀ ਆਪਣੇ ਹੀ ਘਰੇ ਰਹੂਗੀ। ਦੇਖ, ਮੈਨੂੰ ਪਤਾ ਧਨਕੁਰੇ ਤੂੰ ਮੇਰਾ ਕਿੰਨਾ ਮਾਣ ਕਰਦੀ ਹੈ, ਤੂੰ ਮੈਨੂੰ ਹੀ ਮੂਹਰੇ ਰੱਖਣਾ। ਲੈ ਅੰਬੋ ਪਾਣੀ। ਲੈ ਪੁੱਤ, ਲੈ ਠੰਡਾ ਪਾਣੀ ਪੀ ਤੇ ਮੇਰੀ ਗੱਲ ਨੂੰ ਠੰਡੇ ਦਿਮਾਗ ਨਾਲ ਸੋਚੀ। ਇੱਕ ਵਾਅਦਾ ਮੈਂ ਤੇਰੇ ਨਾਲ ਕਰਦੀ ਹਾਂ, ਅਗਲੇ 5 ਸਾਲਾਂ ਨੂੰ ਮੈਂ ਤੇਰੇ ਹੱਕ 'ਚ ਖੜੂੰਗੀ। ਬਾਕੀ ਗੱਜਣ ਸਿਉ ਨਾਲ ਸਲਾਹ ਕਰ ਲਈ, ਠੀਕ ਹੈ? ਚੱਲ ਮੁੰਡਿਆ, ਮੈਨੂੰ ਛੱਡ ਕੇ ਆ ਭਾਈ। ਆ ਜਾ ਅੰਬੋ।
बेबे बना ला रोटी, भूख लगी है। फिर मैं की करा, पकाओ ते खाओ। सारे तेरे बोड़े पाए होया, भाई तू ही छड़ दे ब्याली जिद। बापू तू ही समझा, तेनू नहीं लगी यार भूख। ओ तन कुरे, क्यों भुख्या मार दी, उठ ला रोटी। देख नाले जे तू अंबों सहमति देती, अद्धी सरपंचनी तो तू ही बन जाना। पर ये हरजीते दे हाथों जे मौका लंघ गया ना, मुड़ के वेला ये हाथ नहीं आना। मन जा इन्हां दे ही रांझे दे किस्से च मेरी सरपंची ते गई ना, उत्तों इहदा प्यो अग दी नाल, उन्नू कौन छेड़ू। ओनू मैं मना लू, तू अंबों वाला मसला हल कर। अच्छा एदी कहानी तो सिरे लग जू, मैनू सरपंचनी कह के कौन बुलाऊ। ओ आ वेखो, मैं तेनू दिन च 50 वारी सरपंचनी कह दिया करूं, सरपंचनी सरपंचनी सरपंचनी। बेबे मैं भी कह दिया करूं सरपंचनी सरपंचनी सरपंचनी। तू चुप कर वे, 100 हाथ रस्सा सिरे ते गंड, मैं नहीं सरपंची छड़नी। कमलीए जे अपना हरजीता ही खुश नहीं है तो यह सरपंची अपने किस काम दी। मन जा, मन जा। मेरी भी एक शर्त आ, फिर बहुटी तो पानी मैं वार के पीऊ। ओ तू भावे पानी दा टब वार के पी ली। ओ गल सुना है, मेरी भी एक शर्त है। ओए हरजीतिया, ए भूआ तेरी पी के मैनू कदे ललकरा नहीं मारन देंदी, ते पुत्रा तेरे व्याह ते जट ने ललकरा मारना ही मारना। मैं तो पहले ही तन कौर कहा आऊगी मिठे पोचे मारन, मारगी ना रातों रात है। आ सुन लो नवी सरपंचनी का भाषण। सुन दे जे सुन देंगे ताई सुना गे। पिंड वासियो मैनू सरपंचनी बनाने वास्ते जेड़ी तुसी मैनू सहमति दिती है उस लई मैं तुहाडा बहुत बहुत धन्यवाद करदी हाँ। धन्यवाद करदी हाँ अपनी धिया वर्गी धन कौर दा जिसने अपनी सारी सेवा लेखे ला के मैनू सहमति दिती है। मैं ते मेरी धी धन कौर पंचायत दे जिन्ने भी काम होणगे असी रल के करांगे। मैं कदों मुकर दियाँ, भावें हार पे पवाए लै जा। धन कुरे मना आपदे भरा गब्बर सिंह नूं, चल तड़के कुड़ी आले दे घर चलीए। ना पाइया उदों तां तूं बड़ा जौणा मोड़ सामने वेख, उदों तां तूं बड़ा जौणा मोड़ बनया बैठा सीगा हैं। ते भैण मेरी फूलन देवी आखे जी हमने जुबान दी है अभी रिश्ता तड़वाओ, अज तां तुसीं दोवां जणे ने जमा ही हद करती। मैं पिंड दे बाहर आके कही जाना भी ये ओही पिंड है जिथे मैं कुड़ी आले नू ना करके गया। अगे ना ना वीरा तेरा दिमाग नहीं काम कर रहा,
ਲਿਆ ਕੇ ਇੱਥੇ ਮੈਨੂੰ ਬਾਰ ਮੂਹਰੇ ਖੜਾ ਕਰਤਾ। ਫਿਰ ਮੈਂ ਕਿਹਾ ਵੀ ਇਹ ਕੁੜੀ ਵਾਲਿਆਂ ਦਾ ਹੀ ਘਰ ਹੈ। ਅਖੇ ਨਹੀਂ, ਤੂੰ ਅੰਦਰ ਚੱਲ ਦੇਖਦੇ ਆ। ਦੇਖਣਾ ਕੀ ਹੈ, ਹੁਣ ਤਾਂ ਜਿਹੜਾ ਕੁਛ ਦੇਖਣਗੇ ਅਗਲੇ ਦੇਖਣਗੇ। ਤੁਸੀਂ ਆਪਦੇ ਹੱਡਾਂ ਤੇ ਲੋਕੜ ਬੰਨ ਲਓ, ਮੈਂ ਦੱਸਦਾ। ਕਿਉਂ ਘਬਰਾਈ ਜਾਣਾ, ਮੈਂ ਤੇ ਤੇਰੀ ਭੈਣ ਨੇ ਅੰਬੋ ਜੈਕੁਰ ਨੂੰ ਜ਼ਬਾਨ ਫੜਾਈ ਸੀ ਵੀ ਰਿਸ਼ਤਾ ਉੱਥੇ ਹੋਊਗਾ ਜਿੱਥੇ ਉਹ ਚਾਹੁੰਦੀ ਆ। ਕਿਉਂ ਤੁਹਾਨੂੰ ਕਰੇ ਇੰਨੀ ਗੱਲ? ਹਾਂ ਤੇ ਹੋਰ, ਨਾਲੇ ਸਾਨੂੰ ਥੋੜਾ ਪਤਾ ਸੀ ਵੀ ਇਹ ਉਹ ਘਰ ਆ ਜਿੱਥੇ ਅਸੀਂ ਰਿਸ਼ਤੇ ਲਈ ਜਵਾਬ ਦਵਾਉਣ ਲੱਗੇ। ਅਗਲੀ ਹੁਣ ਪਿੰਡ ਦੀ ਸਰਪੰਚਣੀ ਆ, ਸਾਨੂੰ ਪਿੰਡੋਂ ਦੇਸ਼ ਨਿਕਾਲਾ ਦੇ ਦੂਗੀ। ਮੁੜ ਕੇ ਆ ਕੇ ਬਹਿ ਜਾਂਗੇ ਤੇਰੇ ਚੌਂਕੇ ਤੇ, ਫਿਰ ਚੰਗਾ ਰਹੀ। ਮੁੜ ਕੇ ਭਾਵੇਂ ਸਾਰਾ ਪਿੰਡ ਕਵੇ ਵੀ ਸਾਰੇ ਘਰ ਜਵਾਈ ਕੁੱਤਾ। ਡਰਾ ਲਓ, ਡਰਾ ਲਓ ਤੁਸੀਂ। ਓ ਜੋਗਾ ਸਿੰਘ ਤਾਂ ਨਾ ਉਧਰ ਜੋਗਾ ਨਾ ਉਧਰ ਜੋਗਾ। ਓਏ ਮੈਂ ਹੁਣ ਉਸੇ ਜ਼ੁਬਾਨ ਨਾਲ ਕਿਵੇਂ ਕਹਾਂ ਇਹਨਾਂ ਨੂੰ ਕਿ ਮੇਰੇ ਮੁੰਡੇ ਵਾਸਤੇ ਆਪਦੀ ਕੁੜੀ ਦਾ ਰਿਸ਼ਤਾ ਦੇ ਦਿਓ ਜਿਹੜੀ ਜ਼ੁਬਾਨ ਨਾਲ ਮੈਂ ਨਾ ਕਰਕੇ ਗਿਆ। ਸਮਝਾ ਦਿਓ ਮੈਨੂੰ। ਤੂੰ ਕੁਛ ਨਹੀਂ ਕਹਿਣਾ, ਸਾਰਾ ਕੁਝ ਮੈਂ ਕਹੂੰਗੀ। ਬਸ ਤੂੰ ਹੂੰ ਹਾਂ ਕਰੀ ਜਾਈ ਵਿੱਚ। ਐਵੇਂ ਹੂੰ ਹਾਂ ਕਰੀ ਜਾਵਾਂ, ਉਹ ਗੱਲ ਕਿੱਧਰ ਜਾਊ ਕਿ ਮੇਰੀ ਜ਼ੁਬਾਨ ਪੱਕੀ ਤੇ ਮੁੱਛ ਖੜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖ ਭਾਈ ਜੈਬ ਸਿਆਂ, ਜਿਹੜੀ ਸੱਚਾਈ ਸੀ ਮੈਂ ਤੈਨੂੰ ਦੱਸਤੀ, ਹੁਣ ਤੂੰ ਦੱਸ ਤੂੰ ਕੀ ਕਹਿੰਦਾ। ਭੈਣ ਜੀ ਮੈਂ ਸਾਰੀ ਗੱਲ ਤੁਹਾਡੀ ਮੰਨ ਲਈ, ਪਰ ਆਹ ਗੱਲ ਤਾਂ ਨਾ ਕਿਤੇ ਦੇਖੀ ਨਾ ਪੜ੍ਹੀ ਨਾ ਸੁਣੀ। ਪਿਓ ਨੇ ਰਿਸ਼ਤਾ ਪੱਕਾ ਕੀਤਾ ਹੋਵੇ, ਉਹੀ ਪਿਓ ਆਪਦੇ ਪੁੱਤ ਦੀਆਂ ਬਦਕੋਈਆਂ ਕਰਕੇ ਰਿਸ਼ਤਾ ਤੋੜ ਦੇਵੇ, ਫਿਰ ਉਹੀ ਪਿਓ ਦੁਬਾਰਾ ਮੰਗਣ ਆ ਗਿਆ ਰਿਸ਼ਤਾ। ਇਹ ਤਾਂ ਭੈਣ ਜੀ ਫਿਰ ਕੋਈ ਮੁੱਛ ਖੜੀ ਵਾਲੀ ਗੱਲ ਨਾ ਹੋਈ। ਮੈਂ ਸਾਰਾ ਹਿਸਾਬ ਕਿਤਾਬ ਜਿਹਾ ਲਾ ਕੇ ਵੇਖ ਲਿਆ ਵੀ ਉਦੋਂ ਕਹਿੰਦੇ ਸੀ ਵੀ ਮੁੰਡਾ ਨਸ਼ੇੜੀ ਹੈ ਤੇ ਨਾਲੇ ਕੁੜੀ ਕੜੀ ਵਾਲਾ ਚੱਕਰ। ਨਹੀਂ ਨਹੀਂ ਦੱਸੋ, ਕਹਿੰਦੇ ਸੀ ਕਿ ਨਹੀਂ ਕਹਿੰਦੇ ਸੀ? ਹਾਂ ਹਾਂ, ਇਹ ਕਹਿੰਦਾ ਸੀ ਮੈਂ ਜ਼ੁਬਾਨ ਦਾ ਪੱਕਾ ਤੇ ਮੁੱਛ ਮੇਰੀ ਖੜੀ। ਇਹਨੇ ਤਾਂ ਇਹ ਵੀ ਕਿਹਾ ਸੀ ਵੀ ਜੇ ਆਪਦੀ ਕੁੜੀ ਨੂੰ ਡੋਬਣਾ ਮੇਰੇ ਪੁੱਤ ਨਾਲ ਰਿਸ਼ਤਾ ਕਰ ਦੋ। ਇਹ ਤਾਂ ਕੋਈ ਮੁੱਛ ਖੜੀ ਵਾਲੀ ਗੱਲ ਨਾ ਹੋਈ। ਭਾਈ ਕੀ ਕਰਦਾ, ਕਦੀ ਮੁੱਛ ਤਾਂ ਕਦੀ ਠਾ। ਮੈਂ ਗੱਲਾਂ ਦੇ ਹਿਸਾਬ ਨਾਲ ਕਰੀ ਜਾਂਦਾ। ਨਹੀਂ ਤਾਂ ਨਹੀਂ ਕਰਨੀ। ਕੀ ਕੁਸਰ ਮੁਸਰ ਕਰੀ ਜਾਂਦੇ ਦੋਨੋਂ ਭੈਣ ਭਰਾ? ਜਿਹੜੀ ਗੱਲ ਕਰਨੀ ਖੁੱਲ ਕੇ ਕਰੋ, ਤੁਹਾਡੇ ਸਾਹਮਣੇ ਮੈਂ ਜੋ ਬੈਠੀ ਹਾਂ। ਨਹੀਂ ਅੰਬੋ, ਮੈਂ ਤੇ ਇਹਨਾਂ ਨੂੰ ਕਹਿਣ ਲੱਗੀ ਸਾਂ, ਮੇਰਾ ਭਰਾ ਨਾ ਦਿਮਾਗੀ ਤੌਰ ਤੇ ਬਹੁਤਾ ਠੀਕ ਨਹੀਂ ਰਹਿੰਦਾ, ਕਦੀ ਕਦੀ ਦੌਰੇ ਪੈਂਦੇ ਨੇ ਵਿਚਾਰੇ ਨੂੰ। ਸਬਰ ਕਰ ਵੀਰਾ, ਸਬਰ ਕਰ। ਤੁਸੀਂ ਤਾਂ ਭਾਈ ਆਪਣਾ ਰੋਣਾ ਰੋਈ ਜਾਂਦੇ ਹੋ ਕਿ ਮੁੰਡੇ ਦੇ ਰਿਸ਼ਤੇ ਨੂੰ ਨਾ ਕਰ ਗਿਆ। ਇਹ ਤੇ ਇੱਕ ਵਾਰੀ ਦੌਰੇ ਦੇ ਲੋਰ ਚ ਆਪਣੇ ਸਹੁਰੇ ਜਾ ਕੇ ਕਹਿ ਆਇਆ ਸੀ ਵੀ ਮੇਰਾ ਚਾਲ ਚੱਲਣ ਠੀਕ ਨਹੀਂ, ਆਪਣੀ ਕੁੜੀ ਵਾਪਸ ਲੈ ਆਓ ਕਿਤੇ ਹੋਰ ਤੋਰ ਦਿਓ। ਸਬਰ ਕਰ ਵੀਰਾ, ਸਬਰ ਕਰ। ਭੈਣ ਜੀ ਜਿੰਨਾ ਕੁ ਮੈਂ ਇਹਨਾਂ ਨੂੰ ਮਿਲਿਆ ਵਰਤਿਆ, ਮੈਨੂੰ ਤਾਂ ਨਹੀਂ ਲੱਗਦਾ ਇਹਨਾਂ ਨੂੰ ਇਹੋ ਜਿਹੀ ਕੋਈ ਬਿਮਾਰੀ ਹੋਊ, ਪੜ੍ਹੇ ਲਿਖੇ ਬੰਦੇ ਐ। ਮੈਂ ਸਾਰਾ ਹਿਸਾਬ ਕਿਤਾਬ ਜਿਹਾ ਲਾ ਕੇ ਵੇਖ ਲਿਆ ਵੀ ਇਹ ਕਾਲਾ ਮਾਲਾ ਜਿਹਾ ਮੇਰੀ ਸਮਝ ਚੋਂ ਤਾਂ ਬਾਹਰ ਹੈ ਬਈ। ਦੇਖ ਭਾਈ, ਇਹ ਸਮਝ ਨੂੰ ਸਮਝਾਉਣ ਵਾਲੀ ਕੋਈ ਗੱਲ ਨਹੀਂ, ਮੈਂ ਆਈ ਹਾਂ ਕਿਸੇ ਗੱਲ ਕਰਕੇ ਆਈ ਹਾਂ, ਮੈਂ ਤੁਹਾਡੇ ਦੋਨਾਂ ਪਰਿਵਾਰਾਂ ਦਾ ਰਿਸ਼ਤਾ ਗੰਢਣ ਆਈ ਹਾਂ। ਜੋਗਾ ਸਿੰਘ ਨੇ ਜੋ ਕੁਛ ਵੀ ਕਿਹਾ ਨਾ, ਉਹਦੀਆਂ ਗੱਲਾਂ 'ਤੇ ਪਾ ਮਿੱਟੀ। ਮੁੰਡਾ ਮੇਰੇ ਸਾਹਮਣੇ ਆਪਦੀ ਭੂਆ ਕੋਲ ਰਹਿ ਕੇ ਪਲਿਆ, ਜੇ ਮੁੰਡੇ 'ਚ ਕੋਈ ਖੋਟ ਹੋਵੇ ਮੈਨੂੰ ਨੀਵੇਂ ਥਾਂ ਬਿਠਾ ਲਿਓ। ਅੱਗੇ ਭਾਈ ਤੇਰੀ ਮਰਜ਼ੀ ਹੈ। ਓਹੋ, ਜਦੋਂ ਦੇ ਤੁਸੀਂ ਆਏ ਹੋ ਨਾ ਕੁਛ ਖਾਂਦੇ ਹੋ, ਨਾ ਪੀਂਦੇ ਹੋ, ਨਾ ਬੋਲਦੇ ਹੋ, ਨਾ ਜਾਣ ਲੱਗੇ ਕੁਛ ਦੱਸ ਕੇ ਗਏ ਹੋ, ਬਈ ਮੈਨੂੰ ਵੀ ਪਤਾ ਲੱਗਣਾ ਚਾਹੀਦਾ ਕੁਛ ਕਿ ਨਹੀਂ। ਹੈਂ, ਕਿਉਂ ਭੈਣ? ਗੱਲ ਸੁਣ ਜੋਗਾ ਸਿੰਘ, ਅਖੀਰ ਸਾਰੀ ਗੱਲ ਦੱਸਿਆ ਸਰਨਾ। ਮੈਂ ਤਾਂ ਕਹਿੰਦੀ ਹਾਂ ਜੋ ਹੋ ਗਿਆ ਜਿੱਥੇ ਹੋ ਗਿਆ ਵਧੀਆ ਹੋ ਗਿਆ, ਛੱਡੋ ਹੁਣ। ਹਾਏ ਹਾਏ, ਮੈਨੂੰ ਵੀ ਕੁਛ ਪਤਾ ਲੱਗੇ। ਗੱਲ ਇਹ ਹੈ ਸੁਰਜੀਤ ਕੋਰੇ, ਜਿਹੜੀ ਕੁੜੀ ਤੂੰ ਪਸੰਦ ਕੀਤੀ ਸੀ ਨਾ ਤੇ ਜਿੱਥੇ ਆਪਣੇ ਹਰਜੀਤੇ ਦਾ ਰਿਸ਼ਤਾ ਟੁੱਟਿਆ ਸੀ, ਓਏ ਉੱਥੇ ਫੇਰ ਜੁੜ ਗਿਆ। ਉਹਨਾਂ ਨੇ ਸਾਮਾਨ ਦੇ ਕੇ ਮੰਗ ਲਿਆ ਮੀ
कोठे ते स्पीकर लावांगे नी दिल दी रीज पुगावांगे दिल दी रीज पुगावांगे कोठे ते स्पीकर लावांगे नी दिल दी रीज पुगावांगे जाना नी ता चक्या नी जद कुंड मुकड़े तो चकूंगा तेरा व्याह हो जूगा हम तू चले जाएंगी मासी मैं कल्ली रह जूं किथे व्याह की देना होगा मैनू नहीं पता चुप करके बैठ जा तियां ते गौआं दे संगल मापे जी दे हाथ फड़ा दन उत्थे टुटना ही पैंदा है आ देखता फोटो चाची आ कौन है नहीं होर कौन है पाली जी दिना मंगी हुई है अच्छा होर की चाची मुंडा ते बहुत सोना है ना मेरी ती माड़ी है लखा चो इक्का लखा चो सही गल पर इने ना हाले फोटो देखी नहीं तो कल पे पई है तू जाके दिखा के आ जा पच के जा किते दा बापू ही ना आ जावे हुणे जानी है अच्छा जी पाली भैण दा रिश्ता भी पक्का हो गया ते सानू पता ही नहीं ਉਹ ਪਾਲੀ ਹੈ ਤੂੰ ਭਾਗਾਂ ਵਾਲੀ ਤੈਨੂੰ ਮੁੰਡਾ ਜੋ ਇੰਨਾ ਸੋਹਣਾ ਮਿਲਿਆ ਦੇਖੀ ਪਾਸੇ ਕਰ ਲਾ ਇਹ ਫੋਟੋ ਹਾਏ ਮੈਂ ਮਰ ਗਈ ਪੂਰਾ ਫੜਾਓ ਫੋਟੋ ਮੁੰਡੇ ਨੂੰ ਨਜ਼ਰ ਲਾਉਂਗੀਆਂ ਨਾਲੇ ਕੁੜੀਆਂ ਨਹੀਂ ਬਾਲੀ ਫੋਟੋ ਫੋਟੋ ਵੇਦੀਆਂ ਆਉਂਦੀਆਂ ਤੁਹਾਨੂੰ ਮੈਂ ਦੱਸਾਂ ਆ ਮੁੰਡੇ ਦੀ ਫੋਟੋ ਲੁਕੋ ਕੇ ਰੱਖਣੀ ਪੈਣੀ ਆ ਮਾਮਾ ਕਿਹੜਾ ਮਰਜ਼ੀ ਨਾ ਹੋਵੇ ਤਾਂ ਫੋਟੋ ਵੀ ਸਵਾਰ ਕੇ ਦੇਖਣੀ ਦਿੱਤੀ ਤੈਨੂੰ ਲਾਣੇ ਦਾਰਨੀਏ ਨੀ ਜੱਟ ਫੁੱਲਾਂ ਵਾਂਗੂ ਰੱਖੂਗਾ ਤੈਨੂੰ ਲਾਣੇ ਹਾਂ ਬਈ ਨਵਾਬ ਸਾਹਿਬ ਅੱਜ ਕਿੱਧਰ ਚੱਲੇ ਤਿਆਰ ਹੋ ਕੇ ਬਾਪੂ ਉਹਦਾ ਟਾਈਮ ਜਿਹਾ ਹੋਇਆ ਪਿਆ ਉਹਦਾ ਟਾਈਮ ਕਿਹਦਾ ਓਏ ਮੇਰਾ ਮਤਲਬ ਫਿਲਮ ਦਾ ਫਿਲਮ ਕਿਹੜੀ ਫਿਲਮ ਹਾਂ ਕੈਂਚੀ ਕਪੜਾ ਔਰ ਮਸ਼ੀਨ ਨਵੀਂ ਆਈ ਹੈ ਓਏ ਕਪੜਾ ਮਸ਼ੀਨ ਜਾ ਆਪਦਾ ਫੇਰ ਕਰੀ ਪਹਿਲਾਂ ਜਿਹੜੇ ਮੈਂ ਦੋ ਚਾਰ ਕੰਮ ਕਰਨੇ ਆ ਉਹ ਕਰਵਾ ਕੇ ਆ ਮੇਰੇ ਨਾਲ ਓਏ ਦੋ ਚਾਰ ਦਿਨਾਂ ਵਾਸਤੇ ਤੂੰ ਘਰੇ ਆਉਣਾ ਓਹੀ ਤੂੰ ਮੇਰੇ ਨਾਲ ਹੱਥ ਨਹੀਂ ਵਟਾਉਂਦਾ ਬਾਪੂ ਤੇਰਾ ਜਾਣਾ ਜ਼ਰੂਰੀ ਹੈ ਤੇ ਪੁੱਤ ਤੇਰਾ ਜਾਣਾ ਜ਼ਰੂਰੀ ਹੈ ਚੱਲ ਬਾਪੂ ਆ ਜਾ ਬੈਠ ਪਿੱਛੇ ਖੜ ਜਾ
चोगा सिंह दी ऐवें तां नहीं गुड्डी चढ़ी ओए जुबान दा पक्का ते अगे पता है बापू मुच खड़ी हां आ जा तुसी आड़तियां कोले जाके फिर सुनियारियां दे भी जाया आइयो लंडे आलियां तो बनाउणियां आपां टूमा ओ भगवान ने हुण तां हरजीते दे ब्याह तक ना ओ लै ओ लंडे आलिया दे ओ लंडे आलिया यही चली जाना आ जा बापू ओए आउणा चलो लंडे आलिया चल अच्छा मैं सोचती सी जे मुंडे वाले वालों गंढ आ जांदी विआह दी ते इन्हें जवाक भी सिंगापुरों आ जांदे ओ मैं तो आप यही सोचता उधरों मुंडे वाले वालों कोई सुख स्नेहा आ जावे इधरों अर्जन होनी आए होणगे कुड़ी दरों ठाड़िए सौखे होइए नी पाली चल सिलाई सेंटर चलिए टाइम होया पिया पटवारी साहब ए इक ता ए खड़ जाओ ए आ देखो इत्थे आ सारी बापू आ जा हुणा ओए आउणा है कम ता करन दे मैनू मेरा टाइम होई जांदा है आ कादा टाइम होए पटवारी साहब इधर दे ए ओ फिल्म दा नंबर 1 ओए फिल्म जरूरी है पहला कम ता करन दे फिल्म कैंची कपड़ा मकान ही सूत नहीं आउंदा इना दा ओए किधर चले ओए मेरी गल तां सुन ए मुंडिया नू फिल्मा जरूरी है प्यो नू खड़े नू छड़ गया हैं पुत आ जा करे दिना तेरी कैंची दे मशीन नू तेल हैं है नी आ गई ਦੇਖਦਾ ਅੱਖਾਂ ਪੜ ਪੜ ਕੇ ਜਿਹਨੂੰ ਲੱਭਦਾ ਨਾ ਉਹ ਹਟਾ ਲਈ ਸਿਲਾਈ ਸੈਂਟਰ ਚੋਂ ਵਿਆਹ ਰੱਖਤਾ ਉਹਦਾ ਉਹ ਤਾਂ ਜੀ ਮੇਰੇ ਨਾਲ ਆਉਦਾ ਸਾਡਾ ਰਿਸ਼ਤਾ ਪੱਕਾ ਗੱਲੇ ਨਹੀਂ ਸੁਣੀ ਪਰ ਇਹ ਕਮਲੀ ਕੀ ਜਾਣੇ ਪਾਲੀ ਨੂੰ ਵੇਖੇ ਬਿਨਾਂ ਨਾ ਚੈਨ ਹੈ ਨਾ ਰਾਤਾਂ ਨੂੰ ਨੀਂਦ ਹੈ Huh.
आजा देख दे। मुंडा जेड़ा चरनो नू चोरी चोरी मिल आउंदा है। ओ केड़ी चरनो यार, मैं चरनो नू नहीं, मैं ता दस होर किनू मिलना आंदा सी। ओए हुण तेरे जवान क्यों ताल गोई नाल लागी, सारी रात बन के रखो इनू, तड़के पंचायत नाल गल करके थाने फड़ावांगे। चल तोरे, चलो चलो ले चलो इनू, जिवें गंद पाया पिंड चले। है हरजीता फड़िया गया जेड़े पिंड च मंगिया सी, तैनू किवें पता है? मैनू तां सरपंच साहब ने दस्या ते मैं सुनेहा लैके आ गया। हाँ भाई पिंड वाले, आ मुंडा साडे पिंड दे विच गलत हरकत करदा फड़िया गया। हुण पिंड दी पंचायत ते मुंडे दा प्यो आए बैठे है। चलो जो होना सी हो गया, हुण पिंड दी पंचायत ते मुंडे दा प्यो सानू लिख के देवे भाई जे अज तो बाद ए पिंड दी जूह दे विच नजर आ गया तां आपदी कीती पाऊगा। क्यों भाई मुंडियो, मंजूर है? ठीक है सरपंच साहब, जो तुसी फैसला करता ठीक है, पर जे दोबारा इन्हें यहो जी हरकत की ना फिर गल इं नहीं मुकनी जिमें हुण मुकी है। बस भाई मुंडियो बहुत हो गई इन्हां नाल। उरे ओए मां दा पुत सिंघी चंगी डाई बैठा सी, जिहड़े पिंड दी मशूक उसे पिंड व्याह कराउण नूं फिरदा सी। नप लिया ना फिर दो दो पिंगा झूटन नूं फिरदा सी। बस भाई मुंडियो तुसीं चुप करो, सरपंच साहब देख भाई मगर सिया तू भी आपदे घर दा ख्याल रखी, चरनो तेरी धी नहीं सारे पिंड दी इज्जत है। बाकी भाई अजैब सिंह कुछ कहना चाहते है। हां जी अजैब सिंह जी की कहना चाहते हो तुसी? की कहना, हुण कहण नू रही नहीं गया, बस इन्ना ही कहना के अज तो बाद साडा इन्हां नाल कोई रिश्ता नहीं। अजैब सिंह गल जोगा सिंह जी आ करो पंचायती कागज ते दस्तखत। आ भाई करो दस्तखत। चक सां बाप दे लाडले नू, तू फिरदियां इहदे शगन करन नू, इहने परी पंचायत दे विच मेरी मुछ नीवी कीती है, मिट्टी पलीत करती है इहने। ओए इन्ने विंग वलेवे पा के तेरी पसंद दी कुड़ी नाल उत्थे रिश्ता पक्का कीता, फिर की लोड सी ओए उसे पिंड किसे होर घर विच जाके खे खाण दी। ना बेबे गल ओ नहीं। ओ चुप उत्थे ना बोलिया, गल सुन ला मेरी, तू भी एदा बहुता पख जा पूरिया ना तां हिसाब ला ली आपदा, अगलिया ने रिश्ता तोड़ता भरी पंचायत विच कुड़ी दा, समझ गई है ना? ना तिन्ना च ना तेरा च ना मिट्टी दे ढेरां च। चल अंदर चल अंदर, मैं दसदा तेनू, चल ओए तुरिया फिर हुण। Thank you.
कैद सोचा बड़ा कुछ याद आउंदा है तेरे बारे मैं जद सोचा बड़ा कुछ याद आउंदा है तेरा उस मोड़ तो मुड़ना तेरा उस खिड़की बिच बैठना संगतियां चुकदियां पलकां सलीका गल करने दा तेरी कंबदी कलाई ते बलौरी भंग दा टुटना ਚੰਗੀ ਜਨਾਨੀ ਨਹੀਂ ਹੈ ਪਰ ਇਸ ਘਰ ਚ ਮੇਰੀ ਕੋਈ ਕੰਜਰ ਸੁਣੇ ਤਾਂ ਨਾ ਹੁੰਦੀ ਨਾ ਉਹਦੀ ਥਾਂ ਤੇ ਮੇਰੀ ਧੀ ਪਾਲੀ ਇਹਨੂੰ ਵੱਢ ਕੇ ਕਿਹੜਾ ਨਾ ਮੈਂ ਧਰਤੀ ਚ ਦੱਬ ਦਿੰਦਾ ਬਾਪੂ ਜੀ ਉਰਾ ਆਇਓ ਇੱਕ ਗੱਲ ਕਰਨੀ ਹੈ ਆ ਜਾ ਕੇ ਬੀਬੀ ਬਾਪੂ ਜੀ ਪਾਲੀ ਦੀ ਹੁਣ ਹਾਲਤ ਮੇਰੇ ਤੋਂ ਵੇਖੀ ਨਹੀਂ ਜਾਂਦੀ
ਤੇ ਮੈਨੂੰ ਲੱਗਦਾ ਵੀ ਹੁਣ ਉਹਦਾ ਇੱਥੇ ਜੀਵ ਹੀ ਨਹੀਂ ਲੱਗ। ਅਸੀਂ ਦੋਹਾਂ ਨੇ ਇਹੀ ਫੈਸਲਾ ਕੀਤਾ ਹੈ ਵੀ ਪਾਲੀ ਨੂੰ ਅਸੀਂ ਸਿੰਗਾਪੁਰ ਨਾਲ ਹੀ ਲੈ ਜਾਈਏ ਤੇ ਕੋਈ ਚੰਗਾ ਜਿਹਾ ਮੁੰਡਾ ਵੇਖ ਕੇ ਉਹਦਾ ਫਿਰ ਵਿਆਹ ਕਰ ਦਈਏ। ਬਾਕੀ ਤੁਸੀਂ ਦੱਸੋ। ਮੈਂ ਤਾਂ ਕੀ ਦੱਸਾਂ ਪੁੱਤ, ਮੈਂ ਤਾਂ ਆਪ ਪਾਲੀ ਨੂੰ ਦਿਨ ਰਾਤ ਉਦਾਸ ਦੇਖ ਦੇਖ ਕੇ ਬੁਝਿਆ ਬੁਝਿਆ ਰਹਿੰਦਾ। ਸਮਝ ਨਹੀਂ ਆਉਂਦੀ ਮੈਂ ਕੀ ਕਰਾਂ, ਕਿੱਧਰ ਨੂੰ ਜਾਵਾਂ। ਪੁੱਤ ਫੈਸਲਾ ਜਿਹੜਾ ਮਰਜ਼ੀ ਲੈ ਲਿਓ ਪਰ ਇੱਕ ਵਾਰੀ ਪਾਲੀ ਨੂੰ ਪੁੱਛ ਜ਼ਰੂਰ ਲਿਓ। ਬੀਜੀ ਤੁਸੀਂ ਹੌਸਲਾ ਰੱਖੋ, ਪਾਸਪੋਰਟ ਲਿਆਓ ਅਤੇ ਮੈਂ ਸਿੰਗਾਪੁਰ ਜਾਣ ਦੀ ਤਿਆਰੀ ਕਰਾਂ। ਜੋਗਾ ਸਿਆ, ਕੰਮ ਤਾਂ ਬਹੁਤ ਮਾੜਾ ਹੋਇਆ, ਤਾਂ ਹੀ ਉਲਝ ਗਏ ਜਿਹਦਾ ਕੋਈ ਹੱਲ ਹੀ ਨਹੀਂ ਹੋ ਸਕਦਾ। ਹੁਣ ਮੈਂ ਦੁਬਾਰਾ ਕੁੜੀ ਵਾਲਿਆਂ ਦੇ ਘਰ ਜਾਵਾਂ, ਉਹਨਾਂ ਨੂੰ ਸਮਝਾਵਾਂ। ਇਹ ਤੋਂ ਬਿਹਤਰ ਆ ਤੁਸੀਂ ਆਪਣਾ ਮਨ ਸਮਝਾਓ, ਮੇਰੀ ਮੰਨੋ। ਆਪਣੇ ਆਹ ਦੇਖ ਫੋਟੋ, ਆਹ ਗਰੀਬ ਘਰ ਦੀ ਲੜਕੀ ਆ ਤੇ ਤੁਹਾਡਾ ਘਰ ਬਾਰ ਦੇਖ ਕੇ ਇਹਦੇ ਘਰਦਿਆਂ ਨੇ ਝੱਟ ਹਾਂ ਕਰ ਦੇਣੀ ਹੈ ਤੇ ਕਿਹੜਾ ਪਿਓ ਨਹੀਂ ਸੋਚਦਾ ਕਿ ਮੇਰੀ ਧੀ ਸੁਖੀ ਵਸੇ। ਬੰਦੇ ਵੀ ਬੜੇ ਸਾਊ ਆ, 60 ਕੁ ਮੀਲ ਦੂਰ ਤੇ ਪਿੰਡ ਆ ਉੱਚਾ ਬੈਨੀਪਾਲ, ਉਹ ਪਰਾਂ ਤੇਰੇ ਨਾਲ ਹੀ 15 ਕੁ ਮੀਲ ਦੂਰੀ ਤੇ ਤੇਰੇ ਸਹੁਰੇ ਆ। ਉਹ ਇੱਥੇ ਮੋਇਆ ਪਤਾ ਲੱਗਦਾ ਵੀ ਕੀ ਹੋਇਆ ਕੀ ਨਹੀਂ ਹੋਇਆ। ਮੇਰੀ ਮੰਨੋ, ਸਵੇਰੇ ਚੱਲੋ ਕੁੜੀ ਨੂੰ ਚੁੰਨੀ ਚੜਾ ਕੇ ਲੈ ਆਓ। ਸੋਚੋ ਨਾ ਤੁਸੀਂ ਹੁਣ। ਠੀਕ ਹੈ ਮਿੱਠਾ ਸਿਆ, ਤੂੰ ਜਾ ਕੇ ਕੁੜੀ ਵਾਲੇ ਦੀ ਤਿਆਰੀ ਕਰਵਾ, ਅਸੀਂ ਕੱਲ ਨੂੰ ਆਉਣੇ ਆ। ਹੱਡੀਆਂ ਪੱਕੀਆਂ ਕਣਕਾਂ ਨੀ। ਪਾਪਾ। ਗੁੱਡੀ ਨਹੀਂ। ਓ ਗੁੱਡੀ ਤੂੰ ਆ ਜਾ, ਗੁੱਡੀ ਪੁੱਤ ਆ ਜਾ। ਨਹੀਂ ਜਾਣਾ। ਕੀ ਹੋਇਆ ਚਰਨੋ? ਕੀ ਹੋਇਆ? ਕੁਛ ਵੀ ਤੇ ਨਹੀਂ ਹੋਇਆ। ਕੀ ਹੋ ਗਿਆ? ਕਿੰਨੇ ਚਾਵਾਂ ਨਾਲ ਮੇਰੇ ਮਾਪਿਆਂ ਨੇ ਮੈਨੂੰ ਤੇਰੇ ਲੜ ਲਾਇਆ ਸੀ, ਪਰ ਤੇਰੇ ਘਰਦਿਆਂ ਨੇ ਮੈਨੂੰ ਕਦੇ ਕਬੂਲ ਨਹੀਂ ਕੀਤਾ, ਕਦੇ ਨਹੀਂ। ਤੂੰ ਰਾਤਾਂ ਨੂੰ ਮੈਨੂੰ ਤੇ ਗੁੱਡੀ ਨੂੰ ਲੋਕਾਂ ਤੋਂ ਚੋਰੀ ਮਿਲਣ ਆਉਂਦਾ ਰਿਹਾ, ਮੈਂ ਉਹ ਵੀ ਕਬੂਲ ਕਰ ਲਿਆ। ਮੈਂ ਕੁਝ ਨਹੀਂ ਬੋਲੀ, ਫਿਰ ਵੀ ਕੁਝ ਨਹੀਂ ਬੋਲੀ, ਕਦੇ ਕੁਝ ਨਹੀਂ ਬੋਲੀ। ਜਦ ਮੈਂ ਗੁੱਡੀ ਨੂੰ ਜਨਮ ਦਿੱਤਾ ਉਸ ਵਕਤ ਤੇਰੇ ਮਾਂ ਪਿਓ ਦੇ ਸਿਰ ਤੇ ਜਿਵੇਂ 100 ਘੜਾ ਪਾਣੀ ਪੈ ਗਿਆ ਹੋਵੇ, ਸਿਰਫ ਇਸ ਲਈ ਕਿ ਮੈਂ ਇੱਕ ਕੁੜੀ ਨੂੰ ਜਨਮ ਦਿੱਤਾ ਤੇ ਉਹਨਾਂ ਨੂੰ ਇੱਕ ਪੁੱਤਰ ਚਾਹੀਦਾ ਸੀ ਤੇ ਮੈਂ ਉਹਨਾਂ ਨੂੰ ਦੂਜੀ ਔਲਾਦ ਨਾ ਦੇ ਸਕੀ ਤੇ ਉਹ ਮੈਨੂੰ ਆਪਣੇ ਘਰ 'ਚ ਥਾਂ ਨਾ ਦੇ ਸਕੇ। ਤੇਰੀ ਅੱਖਾਂ ਦੇ ਸਾਹਮਣੇ, ਤੇਰੀ ਅੱਖਾਂ ਦੇ ਸਾਹਮਣੇ ਉਹਨਾਂ ਨੇ ਮੈਨੂੰ ਤੇ ਮੇਰੀ ਗੁੱਡੋ ਨੂੰ ਘਰੋਂ ਧੱਕੇ ਮਾਰ ਕੇ ਬਾਹਰ ਕੱਢਤਾ, ਪਰ ਤੂੰ ਚੁੱਪ ਰਿਹਾ। ਉਦੋਂ ਵੀ ਕੀ ਹੋਇਆ ਸੀ? ਕੁਛ ਵੀ ਤੇ ਨਹੀਂ ਸੀ ਹੋਇਆ। ਤੂੰ ਰਾਤਾਂ ਨੂੰ ਆਪਣੀ ਗੁੱਡੀ ਨੂੰ ਮਿਲਣ ਆਉਂਦਾ ਸੀ ਤੇ ਲੋਕ ਸਮਝਦੇ ਰਹੇ ਕਿ ਕੋਈ ਗੈਰ ਮਰਦ ਮੈਨੂੰ ਮਿਲਣ ਆਉਂਦਾ। ਮੈਂ ਲੋਕਾਂ ਦੀ ਬਦਨਾਮੀ ਆਪਣੀ ਝੋਲੀ ਵਿੱਚ ਪਵਾ ਲਈ, ਪਰ ਮੈਂ ਕੁਝ ਨਹੀਂ ਬੋਲੀ। ਉਦੋਂ ਵੀ ਕੀ ਹੋਇਆ ਸੀ?
कुछ भी नहीं सी होया। उस रात तू मिलन आया सी सानू, ते लोकां ने की समझिया? लोकां ने समझिया कि हरजीत मैनू मिलन आया, वो पाली नू मिलन आया सी। मिलिया तू सी मैनू और फड़िया गया खीवे पिंड वाला हरजीत, जेड़ा के पाली दा मंगेतर सी। ओना विचारियां दा की कसूर सी? पर बस हुण बहुत हो गया, मैं अपने ते आया हर दुख सह सकदी हां, पर मेरी भैणा वर्गी पाली ते नहीं। इसलिए अज मैं एक फैसला सुनाउण आई हां, ताकि तैनू भी पता लगे कि जदों दिल टुटदा उदो किन्ना दुख हुंदा, उदो दिल ते की बीतदी आ। अज तो बाद तेरा मेरे ते मेरी धी नाल कोई रिश्ता नहीं, सब रिश्ते खत्म। चल गुड्डी। ओ चरनो, ओ गुड्डी पुत, ए चरनो गुड्डी नु मैथों दूर करन वाली कहो जी सजा है। रुक जाओ गुड्डी पुत, रोक ला चरनो, रुक जा। शर्मा इनू कस के बन, मेरे हिसाब नाल टिल्ला। ओ आ जाओ हुण तुसी भी, दिल्ली कहड़ा नेड़े आ। मैनूं लगदा जे तुसी जहाज उड़न तो पहला पहुंच भी जाओगे दिल्ली। ओ बापू जी, जनानियां दी तैयारियां लंबियां हुंदियां। ओ काका टाइम रख के जाना चाहिदा, कोई सौ खड़ोत पै जांदी आ राह च। पुत पहली बारी घरों बाहर चली है। हां जी। कल्ली नूं ना छड्डी इहनूं, बस ध्यान रखी इहदा। फिकर ना करो। पाली नूं लै आउणा सी, हुण पाली कित्थे रहि गई? आउंदी है जी बस। ओ पाली दा पासपोर्ट पा लिया? ओ मैं हैंडबैग च पा के गड्डी च रखवाते सी। ठीक है। ओ सुरजीत कुरे, होया तेरा लाडला तैयार के नहीं होया? मैं क्या जी, मैनू ऐ लगदा मुंडा राजी नहीं हैगा, तुसी एक बारी फिर सोच लो। तुसी भी मां पुत दोवें सोच लो, मैं जिन्ना चिर चुप है चुप है। जे मैं आपदी आई ते आ गया ना, तो फिर ये घर घर नहीं उजाड़ दिसूगा। पुत्र टाइम पूरा पूरा ही है, चलो। ओ यार कड़ी किसी दी मासी नहीं लगती। मम्मी मासी तीन चार दिन च आ जाऊगी ना? हाँ पुत आ जाऊगी। ओ सुरजीत कुरे चल हुण, मिठा स्यों भी बैठा डीकदा होना है, अजे हरजीते दे पुआ ते फुफड़ नूं भी लैके जाना है। ओ हरजीते, ओ मुंडा मिलन आया ओए। ओए आ जा पतंदरा, आ जा। ओए जा हुण, टाइम बाद मिलया। पटला पैर छांदा नहीं। ओ सुरजीत कुरे किथे रह गई? आउनी आ हुण। ली गया पतंदरा, तू लै ला। आ जा। पाली नूं प्यार करदा? हां पाली जे करदा तां अज नूं पाउण दा आखरी मौका। बैठ मेरे मगर, सोचण दा वेला नहीं। मैं पंचायत लैके जाना, तू करे रह, मैं तू चित ढिला कर। तू केड़ा उपरिया कोल चली है? अपने भैण भराए पुत, नाले मैं सुनिया है सिंगापुर तो बड़ा ही सोहना शहर है, तेरा बाद तू जी लग जाना उत्थे। हां जी भैन। ना मेरी दी ना, बस अपना ख्याल रखी। पहली बारी चली है जी, थोड़ा ना कर पुत। मम्मी पापा सारिया हिदा टपा दिया, वो तेनू माड़ी मोटी शर्म है भी के नहीं?
वो तेरी मिट्टी पलीत करके पिंड वाले ने तेनू कढ़िया सी हुण इत्थे की लैणा गया दफा जा इत्थों ये चाचा जी आप ही आया इत्थे मैं लेके आया मैनू तेरी समझ नहीं आउंदी जिहड़ा इहनू यार कहना फिट लाण थोड़ी यारी दे और मैनू तां दस दे इहनू शर्म आउंदी आ इह रातां नू तेरी घरवाली नू मिलण आउंदा हुंदा सी पिंड वाले ने फड़ लिया मोर बना के कढ़िया नहीं कढ़िया तां पुछे नू नहीं चाचा जी सच्चाई कुछ होर आ हाँ सच्चाई ये है जी जिहड़ा रातां नू चरनों नू मिलण आउंदा सी वो कोई होर नहीं वो मैं ही हुंदा सी मैं अपनी धी नू मिलण आउंदा सी क्योंकि मैं अपनी धी गुड्डी बिना रह नहीं सकदा सी ते उत्तों चरनों दे माँ प्यो मैनू अपनी देहली नहीं चढ़न दिंदे सी ए सच है हरजीत उस रात मिलण लई आया सी ओ पर चरनों नू नहीं पाली नू मिलण आया सी पुछो पाली नू बोल जे आज भी ना बोली ना ए वेला मुड़ के हाथ नहीं होना बोल डर ना पाली तू कोई गुनाह नहीं कीता चाचा जी जेड़ी रात ते फड़िया गया उस रात ए भी कह सकदा सी के मैं चरनों नू नहीं पाली नू मिलना आया पर ए बेचारे भोले पंछी इस करके चुप रहे के थोड़ी पग नू दाग ना लग जे पुछो तो असी पाली तो वो बाहर जाके खुश है के हरजीत ना अपना घर बसा के खुश है पाली मेरी छोटी भैन तू मैनू दस तेरी खुशी कादे च बस दसने की लोड़ नहीं मैं सब समझ गया पर मैंने एक गल समझ नहीं आती जे तू आना ही सी तू दिने मिलन आता तो आपका घर सी तू रात नू आया ऐ किवें आ जांदा मिलन ओए तेरा सिंगापुर नहीं पुत अपना पंजाब है ते संगा शर्मा पंजाबियां दा गहना है ਪਾਲੀ ਪੁੱਤ ਜੇ ਮੇਤੋਂ ਸੰਗ ਨਹੀਂ ਸੀ ਆਪਦੀ ਮਾਂ ਨੂੰ ਦੱਸ ਦਿੰਦੀ ਕਰਦਾ ਗੱਲ ਨਹੀਂ ਸੀ ਕਹਿੰਦਾ ਜਦੀ ਮੰਨ ਜਾਂਦਾ ਓਏ ਉਹ ਗੱਲ ਸੁਣ ਓਏ ਤੂੰ ਮੇਰੇ ਮੁੰਡੇ ਨੂੰ ਭਾ ਕੇ ਲੈ ਆਇਆ ਕੌਣ ਹੈ ਤੂੰ ਹੈ ਸਰਦਾਰ ਜੀ ਇਹ ਮੁੰਡਾ ਨਹੀਂ ਸਾਡਾ ਆਇਆ ਆਹ ਲੈ ਕੇ ਆਇਆ ਮੇਰੇ ਮੁੰਡੇ ਨੂੰ ਮੇਰਾ ਮੁੰਡਾ ਨਹੀਂ ਆਇਆ ਹਾਂ ਕੋਈ ਗੱਲ ਨਹੀਂ ਜੋਗਾ ਸਿਆ ਜਿਹੜਾ ਲੈ ਕੇ ਆਇਆ ਉਹ ਤਾਂ ਸੀ ਓ ਸਾਡਾ ਮੁੰਡਾ ਹੁਣ ਤਾਂ ਤੇਰੇ ਵਾਲਾ ਵੀ ਸਾਡਾ ਹੋ ਗਿਆ ਤੁਹਾਡਾ ਕਿਵੇਂ ਹੋ ਗਿਆ ਬਈ ਆ ਜਾ ਪਾਲੀ ਪੁੱਤ ਏਦਾਂ ਹੋ ਗਿਆ ਓਏ ਇਹਦਾ ਮਤਲਬ ਬਈ ਜੋਗਾ ਸਿੰਘ ਦੀ ਮੁੱਛ ਫੇਰ ਖੜੀ ਪੂਰੀ ਖੜੀ ਓ ਮੁੰਡੇ ਦਾ ਪਿਓ ਇੱਥੇ ਹੈ ਮੁੰਡਾ ਇੱਥੇ ਹੈ ਯਾਰ ਬੇਬੇ ਘਰੇ ਪਾਣੀ ਵਾਰ ਨੂੰ ਤਿਆਰ ਬੈਠੀ ਹੈ ਚੜਾਓ ਚੁੰਨੀ ਤੇ ਤੋਰੋ ਨਾਲ ਹੀ ਓਏ ਕੰਜਰ ਦੋਵੇਂ ਫੇਰ ਨਾ ਕੋਈ ਗੜਬੜ ਕਰ ਦੇਣ ਨਹੀਂ ਹੁਣ ਨਹੀਂ ਕਰਦੇ ਤੂੰ ਕਿੱਥੇ ਤੁਰ ਚੱਲੀ ਆ ਚਰਨੋ ਮੈਂ ਇੱਕ ਤੇਰੇ ਕਰਕੇ ਆਪਣੀ ਚੁੱਪ ਤੋੜੀਏ ਤੂੰ ਚੁੱਪ ਕਰਕੇ ਕਿੱਥੇ ਚੱਲੀ ਉਹਨਾਂ ਨੇ ਤਾਂ ਆਪਣਾ ਘਰ ਵਸਾ ਲਿਆ ਆਪਾਂ ਵੀ ਆਪਣਾ ਘਰ ਵਸਾ ਲਈਏ ਚੱਲ ਆ ਚਰਨੋ ਓ ਯਾਰ ਤੁਸੀਂ ਕੁਰਸੀਆਂ ਛੱਡ ਕੇ ਕਿੱਥੇ ਚੱਲੇ ਹੋ ਓ ਪਤੰਦਰੋ ਕੁੜਮਾਈਆਂ ਤਾਂ ਦੇਖ ਲੋ ਫੁੱਲਾਂ ਵਾਲੀ ਕਾਰ ਚ ਬਿਠਾ ਕੇ ਤੈਨੂੰ ਆਪਣੀ ਹੀਰ ਬਣਾ ਕੇ ਨੇ ਅੱਜ ਅਸੀਂ ਲੈ ਜਾਣਾ ਲੈ ਜਾਣਾ ਲੈ ਜਾਣਾ ਲੈ ਜਾਣਾ ਮੇਰੀ ਜਾਨ ਅੱਜ ਤੈਨੂੰ ਲੈ ਜਾਣਾ ਲੈ ਜਾਣਾ ਲੈ ਜਾਣਾ
मैं शेरवानी सोनिए पाके सूही पगड़ी तकलगी सजा के रखू फुल मांग दिल नाल लाके नी अज तेनू ले जाना जिंद बलिए नी मैं तेरे नाल खवाई सारी रात भैने पंगड़े साड़ी हो गई अज कड़माई वो सारी रात भैने पंगड़े।